Thank you.
ਵਾਹਿਗੁਰੂ ਸਾਹਿਬ ਜੀਓ, ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ, ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਈ, ਇੱਕ ਦਿਨ ਮੈਂਡੇ ਸਤਿਗੁਰ ਪਾਸੋਂ, ਮੈਂ ਪ੍ਰੇਮ ਸਰਾਹੀ ਪੀਤੀ, ਪ੍ਰੇਮ ਸਰਾਹੀ ਪੀਤੀ, ਭਾਗ ਸਾਡੇ ਲਿਖੀ ਫਕੀਰੀ, ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲਾ ਜਨਮ ਅਕਾਰਥ ਖੋਇਆ, ਹਰ ਕੀ ਭਗਤ ਨਾ ਕੀਤੀ, ਅੱਗੇ ਸਮਝ ਚਲੋ ਨੰਦ ਲਾਲਾ, ਪਾਛਾ ਜੋ ਬੀਤੀ ਸੋ ਬੀਤੀ, ਉਹ ਤਾਂ ਲੱਭ ਗਿਆ ਲੱਭ ਗਿਆ ਜੀ, ਜਿਨ੍ਹਾਂ ਨੂੰ ਦੁਨੀਆ ਟੋਲਦੀ ਫਿਰਦੀ, ਲੱਭ ਗਿਆ ਲੱਭ ਗਿਆ ਜੀ, ਜਿਨ੍ਹਾਂ ਨੂੰ ਦੁਨੀਆ ਟੋਲਦੀ ਫਿਰਦੀ, ਲੱਭ ਗਿਆ ਲੱਭ ਗਿਆ,
ਲੱਭ ਗਿਆ ਜੀ ਜਿਨ੍ਹਾਂ ਨੂੰ ਦੁਨੀਆ ਪਾਲਦੀ ਫਿਰਦੀ, ਲੱਭ ਗਿਆ ਜੀ ਜਿਨ੍ਹਾਂ ਨੂੰ ਦੁਨੀਆ ਟੂਰਦੀ ਫਿਰਦੀ, ਲੱਭ ਗਿਆ ਜੀ ਲੱਭ ਗਿਆ, ਲੱਭ ਗਿਆ, ਲੱਭ ਗਿਆ, ਲੱਭ ਗਿਆ ਜੀ, ਲੱਭ ਗਿਆ, ਲੱਭ ਗਿਆ ਜੀ, ਤਾਂ ਲੱਭ ਗਿਆ, ਲੱਭ ਗਿਆ। ਲੱਭ ਗਿਆ ਜੀ ਜਿਨ੍ਹਾਂ ਨੂੰ ਦੁਨੀਆ ਟੋਲਦੀ ਫਿਰਦੀ, ਲੱਭ ਗਿਆ, ਲੱਭ ਗਿਆ ਜੀ ਜਿਨ੍ਹਾਂ ਨੂੰ ਦੁਨੀਆ ਟੋਲਦੀ ਫਿਰਦੀ। ਲੱਭ ਗਿਆ, ਲੱਭ ਗਿਆ ਜੀ ਜਿਨ੍ਹਾਂ ਨੂੰ ਦੁਨੀਆ ਟੋਲਦੀ ਫਿਰਦੀ,
ਲੱਭ ਗਿਆ ਜੀ ਜਿਨ੍ਹਾਂ ਨੂੰ ਦੁਨੀਆਂ ਟੋਲਦੀ ਵੀਰ ਦੀ ਪਾਲਦੀ ਵੀਰ ਦੀ ਦੁਨੀਆਂ ਪਾਲਦੀ ਹਾਂ ਜੀ ਦੁਨੀਆਂ ਪਾਲਦੀ ਵੀਰ ਦੀ ਉਹਨਾਂ ਨੂੰ ਦੁਨੀਆਂ ਟੋਲਦੀ ਵੀਰ ਦੀ ਬਾਬਾ ਲੱਭ ਗਏ ਜੀ ਜਿਨ੍ਹਾਂ ਨੂੰ ਦੁਨੀਆਂ ਟੋਲਦੀ ਫਿਰਦੀ ਉਦਾਂ ਲੱਭ ਗਏ ਜੀ ਦੁਨੀਆਂ ਟੋਲਦੀ ਫਿਰਦੀ ਬਾਬਾ ਲੱਭ ਗਏ ਟੋਲਦੀ ਫਿਰਦੀ ਦੁਨੀਆਂ ਟੋਲਦੀ ਫਿਰਦੀ ਹੈ ਦੁਨੀਆਂ ਟੋਲਦੀ ਫਿਰਦੀ ਉਹਨਾਂ ਨੂੰ ਦੁਨੀਆਂ ਟੋਲਦੀ ਫਿਰਦੀ ਸੱਜਣ ਲਦਾ ਰਾਮ ਕਾਂਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿਧਾ ਮਿਲਿਆ ਸੀ ਰਾਮ ਦਾਸ ਨੇ ਮਿਲਿਆ ਮਿਲਿਆ ਸੀ ਮੈਨੂੰ ਰਾਮਦਾਸ ਨੇ ਇੱਕ
ਦਾਸ ਨੇਹੀ
ਚਾਰੇ ਕੁੰਡਾਂ ਪਾਲੀਆਂ ਮੈਂ, ਚਾਰੇ ਕੁੰਡਾਂ ਪਾਲੀਆਂ ਮੈਂ, ਚਾਰੇ ਜਗਤ ਵਿੱਚ ਕੋਈ ਪ੍ਰੀਤਮਾ ਤੇਰੇ ਜੈਸਾ ਨਾ, ਜੈਸਾ ਨਾ ਜਗਤ ਵਿੱਚ ਕੋਈ ਪ੍ਰੀਤਮਾ ਤੇਰੇ ਜੈਸਾ ਨਾ, ਜੈਸਾ ਸਤਿਗੁਰ ਸੁਣੀ ਦਾ ਤੈਸੂ ਹੀ ਮੈਂ, ਵਿਛੜਿਆ ਮੇਲ ਪ੍ਰਭ ਹਰ ਦਰਗਾਹ ਕਾਵੈ, ਹਰ ਨਾਮ ਮੰਤਰ ਦੜਾਈ ਦਾ ਕੱਟੈ ਹੋ ਮੈਂ, ਨਾਨਕ ਸਤਿਗੁਰ ਦੇ ਨਾਮ ਲਾਇਆ ਜਿਨ, ਇੱਕ ਸੱਚ ਦਾ ਸਰੂਪ ਤੇਰਾ ਦੇਖਿਆ, ਇੱਕ ਸੱਚ ਦਾ ਸਰੂਪ ਤੇਰਾ ਦੇਖਿਆ, ਸਤਿ ਸ਼੍ਰੀ ਅਕਾਲ।
ਸੱਚ ਦਾ ਚੰਦਰਮਾ ਚੜਿਆ ਸੀ, ਇੱਕ ਸੱਚ ਦਾ ਚੰਦਰਮਾ ਚੰਦਰਮਾ ਸੱਚ ਦਾ ਚੰਦਰਮਾ ਸੱਚ ਦਾ ਚੰਦਰਮਾ ਸੱਚ ਦਾ ਚੰਦਰਮਾ ਜੀ ਸੱਚਦਾ ਚੰਦਰਮਾ ਸੱਚਦਾ ਚੰਦਰਮਾ ਸੱਚਦਾ ਚੰਦਰਮਾ ਵਾਹਿਗੁਰੂ ਸਾਹਿਬ ਜੀਓ।
ਇੱਕ ਓੰਕਾਰ ਸਰੂਪ ਹੈ ਜਿਸ ਤੋਂ ਇਲਾਵਾ ਨਾ ਕੋਈ ਨਾ ਹੋਆ ਨਾ ਹੋਵੇ ਨਾ ਹੈ ਵੀ ਉਸੀ ਸੋਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਦਤ ਪ੍ਰਕਾਸ਼ ਮਿੱਠੀ ਬਾਣੀ ਤੁਰਕੀ ਬਾਣੀ ਦਰਗਾਹੀ ਰੱਬੀ ਬਾਣੀ ਦੇ ਅਜਾਪਾ ਜਾਪ ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਔਰ ਰਾਤਰੀ ਦੇ ਦੀਵਾਨ ਦੇ ਵਿੱਚ ਵੀ ਬੜੇ ਪਿਆਰ ਸਹਿਤ ਹਰਜਾ ਸਗਾਇਆ ਹੈ। ਹਰੀ ਦਾ ਜਸ ਮਹਿਮਾ ਸੋਭਾ ਜਿਸ ਦਰ 'ਤੇ ਆਏ ਹਾਂ ਉਸ ਦਰ ਦੀ ਸੋਭਾ ਕੀਤੀ ਹੈ। ਬੜੇ ਪਿਆਰ ਨਾਲ ਪੜ੍ਹਦੇ ਸੀ ਤੇਰਾ ਦਰ ਐਸਾ ਐਸਾ ਹੈ ਮਿਲਦਾ ਮਾਣ ਨਿਮਾਣਿਆਂ ਨੂੰ ਕੋਈ ਸ਼ੱਕ ਨਹੀਂ। ਇਹੋ ਜਿਹਾ ਦਰ ਇੱਕ ਫਕੀਰ ਦੀ ਧਰਤੀ ਮਹਾਂਪੁਰਖ ਦੀ ਧਰਤੀ ਜਿਸ 'ਤੇ ਵੱਡੇ ਵੱਡੇ ਵਿਦਵਾਨ ਕਥਾਵਾਚਕ ਕੀਰਤਨ ਦੀਆਂ ਉਹ ਲਹਿਰਾਂ ਧੁਨਾਂ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰ ਉੱਠਦੀ ਹੈ ਇੱਕ ਤਰੰਗ ਉੱਠਦੀ ਹੈ ਐਂ ਚੜ੍ਹਦੇ ਤੋਂ ਚੜ੍ਹਦਾ ਮੈਂ ਉੱਤੋਂ ਉੱਪਰ ਦੀ ਜਸ ਕਰਾਂ। ਵੇਦਾਂ ਨੇ ਵੀ ਗਾਇਆ ਤੇਰਾ ਜਸ ਸਿਮਰਤ ਸ਼ਾਸਤਰ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਇਹ ਤੋਂ ਬਿਨਾਂ ਸਭ ਕੁਛ ਜਿਹਦੇ ਪੱਲੇ ਇਹ ਨਾਮ ਦਾ ਹੀ ਧਨ ਨਹੀਂ ਹੈ ਉਹ ਭਾਵੇਂ ਅਰਬਪਤੀ ਹੈ ਖਰਬਪਤੀ ਆ ਉਹ ਬੇਅਰਥ ਹੈ ਕੋਈ ਅਰਥ ਨਹੀਂ ਉਹਦਾ। ਸੁਬਹਾ ਤੋਂ ਹੀ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਗਤ ਦੇ ਬਾਲੀ ਆ ਸੰਸਾਰ ਨੂੰ ਬਚਾਉਣ ਵਾਲੇ ਗੁਰੂ ਨਾਨਕ ਸਾਹਿਬ ਆਦਿ ਗੁਰੂਆਂ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਅਰਦਾਸ ਚੱਲਦੀ ਆ ਅੱਗੇ ਲੇਕਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਅਸੀਂ ਨਮਸਕਾਰਾਂ ਕਰ ਜਾਂਦੇ ਹਾਂ ਆਪਦੇ ਅੰਦਰ ਰੱਖ ਕੇ ਵੀ ਗੁਰਖੀ ਮੂਰਤ ਮਨ ਮੈਂ ਧਿਆਨ ਗੁਰਾਂ ਦੀ ਮੂਰਤ ਨੂੰ ਹਿਰਦੇ ਦੇ ਵਿੱਚ ਰੱਖ ਕੇ ਹਰ ਵਕਤ ਤੁਰੀਦਾ ਜਿਹਨੇ ਤੋਰਿਆ ਉਸ ਮਾਲਕ ਦਾ ਮੈਂ ਜਸ ਸੋਭਾ ਵਡਿਆਈ ਐਸਾ ਪ੍ਰੀਤਮ ਪਿਆਰਾ। ਅੱਛਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਸੋਚਦੇ ਨੇ ਕਿ ਹੁਣ ਬਹੁਤ ਸੋਹਣਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਜ ਗਿਆ ਬਣ ਗਿਆ
ਇਹਦੇ ਵਿੱਚ ਪ੍ਰਕਾਸ਼, ਫਿਰ ਮਨ ਦੇ ਵਿੱਚ ਕੀ ਆ ਰਿਹਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਬਾਣੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ। ਵਾਹ ਵਾਹ, ਜੈ ਗੋਪਾਲ। ਕਿੱਥੇ ਲੈ ਵੜਿਆ ਰਾਜ ਸਥਾਨ 'ਚ ਹੁਣ ਖਿੱਚ ਕੇ, ਜੈ, ਕਿਉਂਕਿ ਮਹਾਂਪੁਰਖਾਂ ਨਾਲ ਇਹਨਾਂ ਦਾ ਬੜਾ ਪ੍ਰੇਮ ਸੀ, ਪਿਆਰ ਰਾਜਸਥਾਨ ਵਾਲਿਆਂ ਦਾ, ਜਾਂਦਿਆਂ ਨੂੰ ਕਿਵੇਂ ਸੰਭਾਲਿਆ ਹੈ। ਬਹੁਤ ਰਾਮ ਸਿੰਘ ਜੀ ਕਿਸ਼ਾਣਾ ਫਿਰ ਵੀ ਆਇਆ ਹੈ। ਇੱਕ ਦਿਨ ਪੰਜ ਸਰੀਰ ਪਹਿਲਾਂ ਆਏ ਮੇਰੇ ਕੋਲ, ਆ ਗਏ, ਇਹਨਾਂ ਦੇ ਸਪੁੱਤਰ ਬੇਟੇ ਸੀ। ਚਲੋ ਹੁਣ ਮੈਂ ਇੱਧਰ ਨੂੰ ਨਾ ਜਾਵਾਂ, ਗੋਪਾਲ ਨਾਮ ਰੱਬ ਦਾ ਹੀ ਹੈ, ਗੋਪਾਲ ਤੇਰਾ ਆਰਤਾ ਕਰਦੇ ਆ ਨਾ ਸ਼ਾਮ ਨੂੰ, ਜੈ ਗੋਪਾਲ। ਉੱਥੇ ਕ੍ਰਿਸ਼ਨ ਜੀਆਂ ਦੇ ਵੀ ਮੈਂ ਹੁੰਦਾ ਦੇਖੇ। ਚਲੋ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿ ਰਹੇ ਨੇ, ਇੱਥੇ ਪ੍ਰਕਾਸ਼ ਬਾਣੀ ਦਾ ਹੋਣਾ ਚਾਹੀਦਾ ਹੈ। ਹੁਣ ਕਿੱਥੋਂ ਲੈ ਕੇ ਆਉਣੇ ਨੇ ਪੋਥੀਆਂ, ਗੁਰੂ ਗ੍ਰੰਥ ਸਾਹਿਬ ਕਹਿ ਦਈਏ। ਬਾਬਾ ਮੋਹਨ ਜੀਆਂ ਪਾਸ ਬਾਬਾ ਬੁੱਢਾ ਜੀਆਂ ਜੈਸੇ ਹੋਰ ਵੀ ਗਏ, ਬਾਬਾ ਮੋਹਨ ਜੀਆਂ ਨੇ ਸਮਾਧੀ ਨਹੀਂ ਖੋਲ੍ਹੀ। ਕਹਿ ਦਿੰਦੇ ਨੇ ਸਮਾਧੀ ਲਾ ਲੈਣੀ, ਉਹਦੇ ਵਿੱਚ ਰਮ ਜਾਣਾ। ਸੁਰਤੀ ਕਿੱਥੇ ਆ, ਧਿਆਨ ਕਿੱਥੇ ਹੈ, ਇੱਕ ਟਿੱਕ ਲੱਗੀ ਹੋਈ ਹੈ ਬਾਬਾ ਮੋਹਨ ਜੀਆਂ ਦੀ, ਨਹੀਂ ਕੋਈ ਖਿਲਾ ਸਕਿਆ। ਸੱਚੇ ਪਾਤਸ਼ਾਹ ਦੇ ਪਾਸ ਦਰਬਾਰ 'ਚ ਫਿਰ ਆ ਗਈ, ਮਹਾਰਾਜ ਸਾਨੂੰ ਉੱਥੋਂ ਕੋਈ ਪਤਾ ਨਹੀਂ ਲੱਗਦਾ, ਚੁਬਾਰੇ 'ਚੋਂ ਆਵਾਜ਼ ਨਹੀਂ ਆਉਂਦੀ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਪ ਗਏ ਉੱਥੇ, ਜਾ ਕੇ ਕੀ ਉਸਤਤ ਕਰਦੇ ਨੇ। ਬੜੇ ਪਿਆਰ ਸਹਿਤ ਸਾਰਿਆਂ ਨੇ ਕੀਰਤਨ ਕੀਤਾ, ਸਾਡੇ ਮਹਾਂਪੁਰਖਾਂ ਦੇ। ਮੈਂ ਆਪਦੇ ਵੀ ਹੁਣ ਚਲੋ ਜੇ ਕਹਿ ਦੇਵਾਂ ਵੀ ਕੋਈ ਹਰਜ ਵਾਲੀ ਗੱਲ ਵੀ ਨਹੀਂ ਹੈ, ਜਨਰਲ ਸਕੱਤਰ, ਪ੍ਰਿੰਸੀਪਲ ਅਜੀਤ ਸਿੰਘ ਜੀ, ਕਾਕਾ ਜੀ ਰਜਵਾੜਾ ਸਾਹਿਬ, ਔਰ ਗਿਆਨੀ ਭਜਨ ਸਿੰਘ ਜੀ ਚੰਡੀਗੜ੍ਹ ਪਸਿਆਣਾ, ਉਹ ਮਹਾਂਪੁਰਖਾਂ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਲਾਈ ਹੈ। ਉਹ ਬੋਲੇ ਨੇ ਇੱਕ ਇੱਕ ਸ਼ਬਦ ਚੁਣ ਕੇ, ਕਿਉਂਕਿ ਆਹ ਕਿਹੜਾ ਟਾਈਮ ਹੈ, ਇਹ ਕਿਹੜਾ ਟਾਈਮ ਹੈ, ਸਮੇਂ ਅਨੁਸਾਰ ਕੀ ਬੋਲਣਾ, ਬੁਲਾਰੇ
ਮਕਤਾ ਬੋਲਦਾ ਹੈ, ਉਹ ਦੇਖਦਾ ਹੈ। ਹੁਣ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਪੰਥ ਖਾਲਸੇ ਦੇ ਸਾਜਨਾ ਦਿਵਸ ਚੱਲ ਰਹੇ ਹਨ, ਥਾਂ ਥਾਂ ਜ਼ੋਰਾਂ 'ਤੇ, ਪਰ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿੰਦੇ ਨੇ, ਜਾ ਕੇ ਬਾਬਾ ਮੋਹਨ ਜੀਆਂ ਦੇ ਪਾਸ ਜਾ ਕੇ ਆਵਾਜ਼ ਦਿੱਤੀ, ਸਮਾਧੀ ਨਹੀਂ ਖੋਲ੍ਹੀ। ਮੋਹਨ ਤੇਰੇ ਉੱਚੇ ਮੰਦਰ, ਮੋਹਨ ਤੇਰੇ ਉੱਚੇ ਮੰਦਰ, ਮੋਹਨ ਤੇਰੇ ਉੱਚੇ ਮੰਦਰ, ਮੋਹਨ ਤੇਰੇ ਉੱਚੇ ਮੰਦਰ, ਕਰ ਕਰ ਜੀਵਾਂ, ਕਰ ਕਰ ਜੀਵਾਂ ਗੁਰਾਂ ਦੀ, ਉਸਤ ਕਰ ਕਰ ਜੀਵਾਂ, ਉਸਤ ਕਰ ਕਰ ਜੀਵਾਂ, ਕਰ ਕਰ ਜੀਵਾਂ ਮੈਂ, ਉਸਤ ਕਰ ਕਰ ਜੀਵਾਂ ਗੁਰਾਂ ਦੀ, ਉਸਤ ਕਰ ਕਰ ਜੀਵਾਂ, ਉਸਤ ਕਰ ਕਰ ਜੀਵਾਂ,
ਸਤਿਕਾਰ ਕਰ ਜੀ ਮਾਂ ਮੈਂ ਸਤਿਕਾਰ ਕਰ ਜੀ ਮਾਂ ਗੁਰਾਂ ਦੀ ਸਤਿਕਾਰ ਕਰ ਜੀ ਮਾਂ ਸਤਿਕਾਰ ਕਰ ਜੀ ਤੇ ਗੁਰਬਾਣੀ ਮਿੱਠੀ ਬਾਣੀ ਉਹ ਬਾਣੀ ਜਿਹੜੀ ਰੱਬ ਦੇ ਦੀਦਾਰ ਕਰਾ ਦੇਵੇ ਫਿਰ ਉਹਦੇ ਵਿੱਚ ਕੀ ਹੈ। ਗੁਰਬਾਣੀ ਗਾਵੋ ਭਾਈ ਸਫਲ ਸਦਾ ਵਾਹ ਵਾਹ। ਜੇ ਕੋਈ ਬਾਣੀ ਗਾਉਂਦਾ ਨਾ ਉਹਨੂੰ ਕੀ ਸੁੱਖ ਮਿਲਦਾ, ਨਾਲੇ ਸੋਭਾ ਹੁੰਦੀ ਹੈ। ਓ ਮਹਾਂਪੁਰਸ਼ ਆਏ, ਓ ਮਹਾਂਪੁਰਸ਼ ਆਏ, ਓ ਮਹਾਂਪੁਰਸ਼ ਆਏ। ਅੱਛਾ ਹੋਆ ਕਿਤਨੇ ਮਹਾਂਪੁਰਖ ਆਏ ਨੇ, ਪਰ ਮੈਂ ਜਿਹਦਾ ਸੰਗ ਕੀਤਾ, ਜਿਹਦੇ ਨਾਲ ਰਿਹਾ, ਜਿਹਨੂੰ ਅੱਖਾਂ ਦੇ ਨਾਲ ਦਰਸ਼ਨ ਕੀਤੇ ਨੇ, ਦੋਨਿਆਂ ਨੈਣਾਂ ਦੇ ਨੇਤਰਾਂ ਦੇ ਨਾਲ, ਉਹਨਾਂ ਦੀ ਕਥਾ ਨਿਰਾਲੀ ਸੀ ਸੰਸਾਰ ਤੋਂ। ਅਸੀਂ ਉਸ ਸਮਾਂ ਹੋਰ ਹੁੰਦਾ, ਤਿਨਕੀ ਕਥਾ ਨਿਰਾਲੀ ਰੇ, ਹਰ ਕੇ ਸੇਵਕ ਜੋ ਹਰ ਪਾਈ, ਹੈ ਨਾ। ਤਿਨਕੀ ਕਥਾ ਨਿਰਾਲੀ ਸੀ, ਅਲੱਗ ਸੀ। ਇਹ ਮੈਂ ਕਿਉਂ ਪੜ੍ਹਿਆ ਪਹਿਲਾਂ, ਲੱਭ ਗਏ ਜੀ ਸੰਤ ਮਹਾਰਾਜਿਆਂ ਦੇ ਉਸਤਾਦ ਗਿਆਨੀ ਪ੍ਰੀਤਮ ਸਿੰਘ ਜੀ ਗੜਗੱਜ ਸਿਓੜਾ ਸਾਹਿਬ, ਇਹ ਪੜ੍ਹਿਆ ਕਰਦੇ ਧਾਰਨਾ। ਜਦੋਂ ਸੰਤ ਮਹਾਰਾਜਿਆਂ ਨੇ ਤਪ ਕਰਕੇ ਵਾਪਸ ਦੀ ਫੇਰੀ ਪਾਈ, ਮੁੜ ਕੇ ਫੇਰ ਮੁੜ ਕੇ ਘਰ ਨੂੰ ਆਉਣਾ, ਬੁਲਾਇਆ ਕਿਸ ਨੇ, ਆਹ ਦਰਗਾਹੀ ਫਕੀਰ ਰੱਬੀ, ਜਿਨ੍ਹਾਂ ਦਾ ਰੱਬ ਨੇ ਮੋੜਿਆ ਨਹੀਂ ਸੀ ਕਦੇ, ਜਾਂ ਕਾ ਕਹਿਆ ਦਰਗਾਹ ਚਲਾ, ਜਿਹਦਾ ਕਹਿਆ ਹੋਇਆ ਰੱਬ ਮੋੜ ਨਹੀਂ ਸੀ ਸਕਦਾ। ਕਿਉਂ? ਹਰ ਵਕਤ ਰਾਮ ਰਾਮ ਹਰੇ ਰਾਮ ਵਾਹਿਗੁਰੂ ਸਤਨਾਮ ਦਾ ਆ ਜਾਪ ਚੱਲਦਾ ਸੀ, ਅੰਦਰੋਂ ਚੱਲਦਾ ਹੁੰਦਾ। ਕਈ ਆ ਕੇ ਪੁੱਛਦੇ ਹੁੰਦੇ, ਸਸਤਾ ਹੈ, ਇਹਨਾਂ ਨੇ ਜਨਮ ਲਾ ਦਿੱਤੇ, ਕਿੰਨੇ ਕਿੰਨੇ ਜਨਮ ਮਹਾਂਪੁਰਖ ਕਿਹਾ ਕਰਦੇ, ਪਤਾ ਕਿੰਨੇ ਜਨਮ ਲਾਂਗੇ ਨਾਮ ਜਪਦਿਆਂ ਨੂੰ। ਬੜਾ ਕਈ ਵਾਰ ਖੁਸ਼ ਹੋ ਕੇ ਵੀ ਕਹਿੰਦੇ, ਸਾਨੂੰ ਕਈ ਵਾਰ ਨੇੜੇ ਆ ਕੇ ਪੁੱਛਦੇ, ਦੱਸ ਦਿਓ ਜੀ ਕਿਵੇਂ ਚੱਲਦਾ। ਬੜਾ ਔਖਾ ਹੈ, ਬੜੀ ਔਖੀ ਔਖੀ ਘਾਟੀ ਮੁਸ਼ਕਲ ਪੈਂਦਾ, ਬੜੀ ਔਖੀ ਹੈ ਮੰਜ਼ਿਲ। ਵਾਹ ਵਾਹ ਵਾਹ। ਫਕੀਰ ਇੱਕ ਬਾਬਾ ਪੂਰਨ ਦਾਸ, ਇਹ ਵੀ ਪੜ੍ਹ ਲਈਏ। ਉਹ ਬੜੀ ਔਖੀ ਹੈ
ਦਿਲ ਫਕੀਰਾਂ ਦੀ ਓਏ ਮਨਾ ਔਖੀ ਐ ਦਿਲ ਫਕੀਰਾਂ ਦੀ ਬੜੀ ਔਖੀ ਐ ਬੜੀ ਔਖੀ ਘਾਟੀ ਮੁਸ਼ਕਲ ਪੈਂਡਾ ਪੰਡਤ ਬੜੇ ਪਿਆਰ ਨਾਲ ਉਹ ਮਹਾਂਪੁਰਖ ਨੇ ਕਿਵੇਂ ਰਚਨਾ ਗੁੰਦੀ ਸੀ ਜਿੱਥੇ ਪਹੁੰਚੇ ਅਸੀਂ ਨਿਵਾਣੇ ਵਾਹ ਵਾਹ ਔਖੀ ਘਾਟੀ ਮੁਸ਼ਕਲ ਪੈਂਡਾ ਪੰਡਤ ਪਹੁੰਚਣਾ ਉੱਥੇ ਵਿਦਵਾਨ ਗਿਆਨਵਾਨ ਬੜੇ ਔਖਾ ਹੈ ਫਕੀਰ ਦੀ ਕੋਈ ਉਸਤਤ ਕਰਦਾ ਹੈ ਕੋਈ ਨਿੰਦਿਆ ਕਰਦਾ ਕੋਈ ਕਹਿੰਦਾ ਬੜਾ ਉੱਚਾ ਬੋਲ ਜਾਂਦੇ ਨੇ ਬਹੁਤ ਇਹ ਝੱਲਣੀ ਪੈਂਦੀ ਹੈ ਜਿਹੜਾ ਝੱਲ ਗਿਆ ਬਸ ਉਹਦੇ ਸਿਰੇ ਤੱਕ ਫਿਰ ਬੇੜੇ ਪਾਰ ਨੇ ਕੋਈ ਉਸਤ ਕਰੋ ਕੋਈ ਨਿੰਦਿਆ ਕਰੋ ਇਹਨਾਂ ਤੋਂ ਦੂਰ ਹੈ ਕੌਣ ਸੀ ਉਹ ਇੱਕ ਬੋਰੀਆਂ ਵਾਲੇ ਮਹਾਂਪੁਰਖ ਹੋਏ ਵਧਾਉਛੀ ਕਪੂਰ ਦਾਸ ਜੀ ਮਹਾਰਾਜਿਆਂ ਦੇ ਡੇਰੇ ਚੋਂ ਬੋਰੀਆਂ ਵਾਲੇ ਇਹੋ ਜਿਹੇ ਮਹਾਂਪੁਰਖ ਦੀ ਮੈਂ ਜੋ ਬਾਬਾ ਪੂਰਨ ਦਾਸ ਜੀਆਂ ਦੇ ਸਮੇਂ ਜਿਹੜੇ ਬਾਬਾ ਪੂਰਨ ਦਾਸ ਜੀਆਂ ਤੋਂ ਸਿਰਫ ਇੱਕ ਇਹਨਾਂ ਦੀ ਮੰਨਦੇ ਸੀ ਹੋਰ ਨਹੀਂ ਕਿਸੇ ਦੀ ਮੰਨੀ ਫਿਰ ਇਹੋ ਜਿਹੇ ਵਿਚੋਲੇ ਬਣਦੇ ਰੱਬ ਨੂੰ ਮਿਲਾਉਂਦੇ ਨੇ ਸਾਧੂ ਰੱਬ ਨਾਲ ਮਿਲਾ ਦਿੰਦੇ ਨੇ ਟੁੱਟੀਆਂ ਹੋਈਆਂ ਰੂਹਾਂ ਨੂੰ
ਸਾਧੂ ਰੱਬ ਦੇ ਬਣਨ ਵਿਚੋਲੇ ਮਹਾਂਪੁਰਖ ਕਿਹਾ ਕਰ। ਰੱਬ ਦੇ ਬਣਨ ਵਿਚੋਲੇ, ਵਿਚੋਲੇ ਮਿਲਾਉਣਾ, ਤੂੰ ਬਾਣੀ ਪੜ੍ਹ, ਨਾਮ ਜਪ, ਤੈਨੂੰ ਦੀਦਾਰ ਹੋਣਗੇ ਇੱਕ ਦਿਨ। ਸੰਤ ਰੱਬ ਦੇ ਬਣਨ ਵਿਚੋਲੇ, ਸੰਤ ਨਹੀਂ ਥਿਉਂਦੇ ਉਹਨੂੰ ਰੱਬ ਵੀ ਟੋਲੇ। ਫਕੀਰ ਨੂੰ ਟੋਲਦਾ ਫਿਰਦਾ ਜਿਵੇਂ ਨਾਰਦ ਜੀ ਪੁੱਛਦੇ ਨੇ, ਇਹ ਭਗਵਾਨ ਤੂੰ ਅੱਜ ਪੁਰੀਆਂ 'ਚ ਨਹੀਂ ਮਿਲਿਆ, ਮੈਨੂੰ ਮੰਡਲਾਂ 'ਚ ਨਹੀਂ ਮਿਲਿਆ, ਮੈਂ ਸਾਰੇ ਫੇਰੇ ਆਇਆ, ਤੂੰ ਉਰੇ ਸੰਤਾਂ ਦੇ ਜਿੱਥੇ ਸੰਗਤ ਬੈਠੀ ਆ ਉਹਦੇ ਪਿੱਛੇ ਬੈਠਾ, ਸੁਣ ਰਿਹਾ ਕੀ ਸੁਣਦਾ ਹੈ। ਵਾਹ ਵਾਹ ਸਾਧੂ ਰੱਬ ਦੇ ਬਣ ਵਿਚੋਲੇ, ਸਾਧੂ ਰੱਬ ਦੇ ਬਣ ਵਿਚੋਲੇ, ਰੱਬ ਦੇ ਬਣ ਰੱਬ ਦੇ ਬਣ ਵਿਚੋਲੇ, ਸਾਧੂ ਰੱਬ ਦੇ ਬਣ ਵਿਚੋਲੇ, ਭਾਈ ਸਾਧੂ ਸੰਤ ਨੀ ਜਾਉਂਦੇ ਰੱਬ ਵੀ ਟੋਲੇ, ਸੰਤ ਨੀ ਮਿਲਦੇ ਰੱਬ ਵੀ ਟੋਲੇ, ਸੰਤ ਨੀ ਮਿਲਦੇ ਔਖੀ ਕਾਟੀ ਮੁਸ਼ਕਿਲ ਪੈਂਡਾ, ਬਹੁਤ ਔਖੀ ਹੈ ਪੰਡਿਤ ਪਹੁੰਚ ਨਾ ਸਕੇ, ਜਿੱਥੇ ਪਹੁੰਚੇ ਅਸੀਂ ਨਿਵਾਣੇ, ਉੱਥੇ ਪਾਉਣ ਸ਼ਾਹਾਂ ਨੂੰ ਵਿੱਚ ਸਮੁੰਦਰ ਲਹਿਰਾਂ, ਇੱਕ ਦੂਜੀ ਨੂੰ ਇਹ ਗੱਲ ਆ, ਇੱਕ ਦੂਜੀ ਨੂੰ ਇਹ ਗੱਲ ਆ, ਇੱਕ ਘੁੱਟ ਪੀ ਲੈ ਨਾਮ ਸਾਈਂ ਦਾ ਤੇਰੀ ਲਹਿਰ, ਲੈ ਸਖੀਏ ਪੀ ਲੈ ਸਖੀਏ ਨਾ
ਸਖੀ ਪੀ ਲੈ ਸਖੀ ਪੀ ਲੈ ਸਖੀ ਨਾਮ ਮਹਾਰਸ ਪੀ ਲੋ ਸਖੀਏ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਨੂੰ ਪਤਾ, ਬੜੇ ਵਿਦਵਾਨ ਬੈਠੇ ਨੇ, ਸਿਆਣੇ ਸਿਆਣੇ ਔਰ ਸਾਧੂ ਸੰਤ ਮਹਾਂਪੁਰਖ ਆਏ ਬੈਠੇ ਨੇ, ਵਿਦਵਾਨ ਬੈਠੇ ਨੇ, ਗਿਆਨੀ ਲੋਕ ਜਿਹੜੇ ਇੱਕ ਇੱਕ ਸ਼ਬਦ 'ਤੇ ਮੈਂ ਤਾਂ ਸਿੱਧਾ ਸਾਦਾ ਜਾਂ ਜਿਵੇਂ ਮੇਰੇ ਮਹਾਂਪੁਰਖ ਨੇ ਤੋਰ ਦਿੱਤਾ ਉਵੇਂ ਬਸ ਸਿੱਧੇ ਸਿੱਧੇ ਤੁਰੇ ਜਾਈ, ਬਸ ਪਿੱਛੇ ਮੁੜ ਕੇ ਨਾ ਦੇਖੀ। ਬਸ
ਜਿਵੇਂ ਤੂੰ ਬੁਲਾਵੇਂ ਤਿਵੇਂ ਬੋਲਦਾ। ਮੈਨੂੰ ਤਾਂ ਇੰਨਾ ਬੋਲਣਾ ਵੀ ਨਹੀਂ ਆਉਂਦਾ। ਆ ਮੈਂ ਸੁਣਦਾ ਸੀ ਕੱਲ੍ਹ ਰਾਤ ਵੀ ਸਵੇਰੇ ਵੀ, ਬਈ ਧਨ ਕਮਾਈ ਹੈ ਤੁਹਾਡੀ, ਤੁਸੀਂ ਇੰਨੀ ਸੇਵਾ ਕਰਦੇ ਹੋ, ਕਿਤਨੀ ਸੇਵਾ ਕੀਤੀ ਹੈ, ਹੱਦ ਤੋਂ ਵੀ ਉਹ ਵੱਧ ਮੈਂ ਕੀ ਕਹਾਂ। ਬੀਬੀਆਂ, ਮਾਈਆਂ, ਭੈਣਾਂ ਮੇਰੀਆਂ, ਮਾਵਾਂ ਐਂ ਆਉਂਦੀਆਂ ਨੇ ਰੋਜ਼ ਦੀ ਰੋਜ਼, ਮਹੀਨੇ ਵਾਂਗ ਤਾਂ ਹੁਣ ਲਗਾਤਾਰ ਹੀ ਹੋ ਗਿਆ ਇਹਨਾਂ ਨੂੰ ਆਉਂਦੀਆਂ ਨੂੰ। ਇਹ ਸਾਡੇ ਜੇਈ ਸਾਹਿਬ ਜਗਦੀਸ਼, ਆ ਸਾਰਾ ਇਹਦਾ ਸਟਾਫ ਜਿੰਨੇ ਵੀ ਹੈਗੇ, ਸੁੱਖੀ ਹੋਣੀਆਂ, ਰਾਜਵੀਰ ਹੋਣੀ, ਮੱਠੀ ਵਾਲੇ ਮੁੰਡੇ ਨੌਜਵਾਨ ਸਾਰੇ, ਬਿਜਲੀ ਵਾਲੇ, ਬਸ ਇਹਨਾਂ ਨੇ ਰੋਜ਼ ਆ ਜਾਣਾ, ਹੁਣ ਤੱਕ ਚੱਲਿਓ ਹੀ ਆ ਰਿਹਾ ਰੋਜ਼ ਦੀ ਰੋਜ਼। ਇਹਨਾਂ ਦੀ ਇਤਨੀ ਕਮਾਈ, ਸੇਵਾ ਵੀ ਕੀਤੀ, ਫਿਰ ਉਹ ਸੇਵਾ ਸਫਲ ਕਿਵੇਂ ਹੁੰਦੀ ਹੈ? ਸੇਵਾ ਕੀਤੀ ਸਫਲ ਹੈ ਕਿਵੇਂ? ਜੇ ਕੋਈ ਕਰੇ ਚਿੱਤ ਲਾਏ, ਚਿੱਤ ਲਾ ਕੇ, ਮਨ ਲਾ ਕੇ, ਅੰਦਰੋਂ ਹਿਰਦੇ ਨਾਲ ਇੱਕ ਸਰੂਪ ਤੱਕਿਆ, ਉਹਦੇ 'ਤੇ ਸ਼ਰਧਾ ਰੱਖ ਲਈ, ਵਿਸ਼ਵਾਸ ਰੱਖ ਲਿਆ, ਭਰੋਸਾ ਹੋ ਗਿਆ, ਉਹਦੇ ਬੇੜੇ ਪਾਰ ਹੋ ਜਾਂਦੇ ਨੇ ਇੱਕ ਦਾ ਬਣ ਕੇ। ਬਾਬਾ ਫਰੀਦ ਜੀਆਂ ਨੇ ਵੀ ਕਿਹਾ ਬੜੇ ਪਿਆਰ ਦੇ ਨਾਲ, ਫਰੀਦਾ ਕੌਣ ਕਹਿ ਰਿਹਾ, ਕਿਹਨੂੰ ਕਹਿ ਰਿਹਾ, ਜੇ ਤੂੰ ਮੇਰਾ ਹੋਏ ਰਹੇ। ਹੋਊਗਾ ਕਿਵੇਂ? ਪਹਿਲਾਂ ਸ਼ਰਧਾ ਰੱਖਣੀ ਹੈ, ਵਿਸ਼ਵਾਸ ਭਰੋਸਾ ਰੱਖਣਾ ਹੈ। ਐਂ ਕਲਯੁੱਗ ਦੇ ਝੋਲੇ ਆਉਂਦੇ ਨੇ, ਗਰਮ ਹਵਾ ਦੇ, ਠੰਡੀ ਹਵਾ ਦੇ, ਉਹ ਝੋਲਿਆਂ ਤੋਂ ਡਿੱਗਦੇ ਡਿੱਗਦੇ ਬਚਣਾ। ਇੱਕੋ ਫਕੀਰ ਮਹਾਂਪੁਰਖ ਕੌਣ ਸੀ? ਸ਼੍ਰੀਮਾਨ 111 ਸੰਤ ਬਾਬਾ ਜੀ, ਮਹਾਂਪੁਰਖ, ਬ੍ਰਹਮ ਗਿਆਨ। ਮੈਨੂੰ ਉਹਦੀ ਹੱਦ ਦੱਸ ਦੇ, ਮੁੱਲ ਵੱਧ ਦੱਸ ਦੇ। ਪਰ ਮੈਂ ਦੇਖ ਲਿਆ ਸੁਖੀਓ, ਮੋਹਨ ਉੱਚਾ ਸਭ ਤੋਂ ਉੱਚਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਚੱਲ ਰਿਹਾ ਸੀ ਸਾਜਨਾ ਦਾ, ਹੁਣ ਪਰਖਣਾ ਹੋ ਰਹੀ ਹੈ। ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਕਬੀਰ ਕਸੌਟੀ ਰਾਮ ਕੀ, ਰਾਮ ਦੀ ਕਸੌਟੀਆਂ ਸਾਧੂ ਕਸੌਟੀ ਲਾਉਂਦਾ ਹੁੰਦਾ, ਦੇਖਦਾ ਪਰਖ ਕੇ ਸਿੱਟ ਕੇ, ਬੜੀਆਂ ਪਰਖਣਾ ਨੇ, ਝੂਠਾ ਟਿਕੇ ਨਾ ਕੋਈ, ਉਹ ਝੂਠਾ ਨਹੀਂ ਉੱਥੇ ਖੜਦਾ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ, ਬਸ ਮਰ ਕੇ ਰਹਿਣਾ ਪੈਣਾ। ਤੈਨੂੰ ਮਹਾਂਪੁਰਖ ਘੂਰੂਗਾ ਵੀ, ਤੈਨੂੰ ਨੇੜੇ ਵੀ ਲਾਊਗਾ, ਸਭ ਕੁਛ ਤੈਨੂੰ ਦੇਖੂਗਾ, ਪਰ ਤੇਰੀ ਸ਼ਰਧਾ ਤੋੜ ਕੇ ਵੀ ਦੇਖੂ ਵੀ ਇਹ ਖੜਦਾ ਜਾਂ ਨਹੀਂ। ਇਹਨੂੰ ਇਹ ਨਹੀਂ, ਇਹ ਤਾਂ ਚੰਗਾ ਨਹੀਂ, ਇਹਨੂੰ ਚੱਲ ਪਰੇ ਇੱਧਰ ਕਰ ਦੇ ਉੱਥੇ, ਫਿਰ ਉਹਨੇ ਕਸੌਟੀ ਲਾ ਕੇ ਦੇਖਣੀ ਹੈ। ਜਿਹੜਾ ਝੂਠ ਹੈ ਹਰ ਜੀ ਸਰਫੀ, ਮਤਲਬ ਵੀ ਉਹ ਲੰਘ ਜਾਂਦਾ ਹੈ ਬੜੇ ਪਿਆਰ ਨਾਲ। ਠੀਕ ਹੈ, ਅੱਛਾ ਹੈ। ਸਾਡੇ ਰੱਖੜਾ ਸਾਹਿਬ ਆਏ ਨੇ, ਕਿਉਂਕਿ ਪਤਾ ਇਹਨਾਂ ਦਾ ਮਹਾਂਪੁਰਖ ਨਾਲ ਦਿਲੀ ਪ੍ਰੇਮ ਹੈ,
ਵੱਡਿਆਂ ਨਾਲ, ਮੇਰੇ ਗੁਰੂਦੇਵ ਜੀਆਂ ਨਾਲ, ਉਹ ਸਾਨੂੰ ਪਤਾ ਹੈ, ਉਹ ਲੱਗੀਆਂ ਵਾਲੇ ਜਾਣਦੇ। ਕੋਈ ਸਮੇਂ ਲੱਗੀ ਵੀ ਸੀ, ਕਿਤੇ ਫਿਰ ਹੋਊਗਾ ਸਮਾਂ, ਸਵੇਰ ਵੀ ਫਿਰ ਬੋਲਿਆ ਵੀ ਜਾਊਗਾ, ਪਰ ਪੜ੍ਹਦੇ ਸੀ, ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੀਰ। ਮੈਂ ਹੁਣ ਇੱਧਰ ਨੂੰ ਨਾ ਜਾਵਾਂ। ਇੱਕ ਦੇਖਿਆ ਮਹਾਂਪੁਰਖ ਜਿਹਦੇ ਬੋਲ ਵੀ ਮਿੱਠੇ ਸੀ, ਉਹਦੀ ਚਾਲ ਵੀ ਨਿਰਾਲੀ ਸੀ। ਜਦੋਂ ਦੇਖਦੇ ਸੀ, ਚਲੋ ਮੈਂ ਦਸ਼ਮੇਸ਼ਵਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ, ਹੁਣ ਦੇਖਦੇ ਨੇ, ਅਸੀਂ ਟੈਂਟ ਕਹਿੰਦੇ, ਤੰਬੂ ਲੱਗ ਗਿਆ, ਆ ਗਏ ਮਹਾਰਾਜ। ਜਿਵੇਂ ਸੱਚਖੰਡ ਬਣਿਆ ਬਹਿਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਗਾਹ ਦੇ ਵਿੱਚ ਚਲੇ ਜਾਓ। ਇੰਨਾ ਤੇਜ਼ ਪ੍ਰਤਾਪ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀਆਂ ਦਾ, ਜਦੋਂ ਨੇਤਰ ਐਂ ਪਲਖ ਚੁੱਕਦੇ ਸੀ, ਸ੍ਰੀ ਸਾਹਿਬ ਕੋਲ ਹੈ ਆਏ ਨੇ। ਪਹਿਲਾਂ ਦੀਵਾਨ ਸਜਾਉਂਦੇ ਹੁੰਦੇ, ਮੇਰੇ ਮਹਾਂਪੁਰਖ ਇਹ ਧਾਰਨਾ ਪੜ੍ਹਿਆ ਕਰਦੇ ਸੀ, ਲਾ ਕੇ ਦੀਵਾਨ ਜੀ ਬੈਠ ਗਏ, ਸੰਗਤਾਂ ਨੂੰ ਨਿਹਾਲ ਕਰਦੇ ਸੀ। ਉਲਾ ਕੇ ਦੀਵਾਨ ਸੋਣਾ ਬੈਠ ਗਈ, ਦਸਵੇਂ ਪਾਤਸ਼ਾਹ ਆਗੇ ਦੀਵਾਨ ਸੋਣਾ ਬੈਠ ਗਈ, ਦਸਵੇਂ ਪਾਤਸ਼ਾਹ ਦੀਵਾਨ ਸੋਣਾ ਬੈਠ ਗਈ, ਦਸਵੇਂ ਪਾਤਸ਼ਾਹ ਲਾਗੇ ਦੀਵਾਨ ਸੋਣਾ ਬੈਠ ਗਈ, ਦਸਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਬੈਠ ਗਈ, ਦਸਵੇਂ ਪਾਤਸ਼ਾਹ ਬੈਠ ਗਈ, ਦਸਵੇਂ ਪਾਤਸ਼ਾਹ
ਕੇ ਦੀਵਾਨ ਸੋਹਣਾ ਸਾਜਗੀ ਦਸਵੇਂ ਬਾਦਸ਼ਾਹ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸੱਚੇ ਪਾਤਸ਼ਾਹ ਰੋਜ਼ ਦੀਵਾਨ ਸਜਾਇਆ ਕਰਦੇ ਆਨੰਦਪੁਰੀ ਦੇ ਵਿੱਚ ਜਾਂਦੇ ਹਾਂ ਕੇਸਗੜ੍ਹ ਸਾਹਿਬ। ਉਸ ਦਿਨ ਆਏ ਨੇ ਮਸਤਕ ਦਾ ਜਲਾਲ ਐਂ ਜਦੋਂ ਦੇਖਣਾ ਜਿਵੇਂ ਕਰੋੜਾਂ ਹੀ ਕੋਟ ਸੂਰਜਾਂ ਦਾ ਤੇਜ ਪ੍ਰਤਾਪ ਹੋਵੇ। ਫਿਰ ਠੀਕ ਹੈ ਜੀ, ਵਧੀਆ। ਫਿਰ ਤੇਰੀ ਕਰੋੜਾਂ ਸੂਰਜਾਂ ਦਾ ਤੇਜ ਪ੍ਰਤਾਪ ਐ ਜਲਾਲ ਝੱਲਿਆ ਨਾ ਜਾਵੇ ਸੰਗਤ ਦੇ ਵਿੱਚ ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਆਏ ਦੇ ਕੇ ਸ੍ਰੀ ਸਾਹਿਬ। ਐ ਲੱਗਦਾ ਸੀ ਦੁੱਧਾਂ ਦਾ, ਮੈਂ ਭੁੱਲਦਾ ਤਾਂ ਨਹੀਂ, ਮੇਰੇ ਯਾਦ ਹੈ। ਰੋਣਾ ਤੋਂ ਸਰਪੰਚ ਸਾਹਿਬ ਆਏ ਨੇ ਚੰਡੀਗੜ੍ਹ ਵਾਲੇ ਦੁੱਧਾਂ ਦੀਆਂ ਗੱਡੀਆਂ ਲੈ ਕੇ, ਬਾਬਾ ਸੱਜਣ ਸਿੰਘ ਦਾ ਪਰਿਵਾਰ ਆਲਾ ਦੁਆਲਾ ਜਥੇਦਾਰ ਸਾਹਿਬ ਦੁੱਧਾਂ ਦੀਆਂ ਗੱਡੀਆਂ ਭਰ ਭਰ ਸੰਗਤਾਂ ਰਸਤਾ ਲੈ ਆਈਆਂ। ਬਹੁਤ ਅੱਛਾ, ਵਧਾਈਆਂ ਨੇ ਸੰਗਤੇ। ਕੋਟ ਸੂਰਜਾਂ ਦਾ ਤੇਜ ਸੱਚਖੰਡ ਵਿੱਚ ਹੈ, 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 ਕੋਟ ਸੂਰਜਾਂ ਦਾ
ਜਾਂਦਾ ਤੇਜ, ਮਹਾਂਪੁਰ ਜਾਂਦਾ ਤੇਜ, ਕੋਟ ਪੁਰ ਜਾਂਦਾ ਤੇਜ, ਪੁਰ ਜਾਂਦਾ ਤੇਜ, ਕੋਟ ਪੁਰ ਜਾਂਦਾ ਇਤਨਾ ਤੇਜ ਪ੍ਰਤਾਪ ਝੱਲਿਆ ਨਾ ਜਾਵੇ, ਆਉਂਦਿਆਂ ਨੇ ਕੀ ਮੰਗ ਕੀਤੀ, ਸਿਰ ਦੀ ਲੋੜ ਹੈ ਇੱਕ ਸੀਸ ਦੀ, ਬਸ ਨੀਵੀਆਂ ਪੈ ਗਈਆਂ। ਅੱਜ ਦਸ਼ਮੇਸ਼ ਪਿਤਾ ਬਾਜਾਂ ਵਾਲਾ ਗੁਰੂ ਗੋਬਿੰਦ ਸਿੰਘ ਕੀ ਗੱਲ ਹੋਈ ਹੈ, ਪਹਿਲਾਂ ਦੀਵਾਨ ਸਜਾਉਂਦੇ ਨੇ ਸੋਹਣੇ ਸੋਹਣੇ, ਪਰ ਅੱਜ ਕੀ ਹੋਇਆ। ਦੂਸਰਾ ਵਚਨ ਗੁਰੂ ਜੀ ਦਾ, ਜਦੋਂ ਤੀਸਰੇ ਵਚਨ ਨੂੰ ਕਿਹਾ, ਆਹ ਤੀਸਰਾ ਵਚਨ ਹੈ ਸਾਡਾ, ਹੈ ਕੋਈ ਉਸੇ ਵਕਤ, ਵਾਹ ਵਾਹ ਵਾਹ, ਜਿਵੇਂ ਦਇਆ ਰਾਮ ਤੋਂ ਦਇਆ ਸਿੰਘ ਬਣਾ ਦਿੱਤਾ, ਉੱਠ ਕੇ ਖੜ੍ਹੇ ਹੋ ਗਏ। ਹੌਲੀ ਹੌਲੀ ਮਸਤਾਨੀ ਜੀ ਚਾਲ 'ਚ ਤੁਰੇ ਜਾਂਦੇ ਨੇ, ਲਏ ਨਾਲ ਚਲੋ ਅੰਦਰ, ਵਾਧੇ ਇੱਕ ਦੋ ਤਿੰਨ ਚਾਰ, ਬਸ ਜਿਹੜੇ ਕੱਚੇ ਕੱਚੇ ਸੀ ਉਹ ਐਂ ਦੇਖਣ ਲੱਗ ਗਏ, ਤੁਰਨ ਲੱਗ ਗਏ, ਹੁਣ ਲੰਘ ਲਈਏ ਉਰੋਂ। ਮਾਤਾ ਜੀਆਂ ਪਾਸ ਜਾ ਕੇ ਬੇਨਤੀਆਂ ਕਰਨੀਆਂ, ਤੁਸੀਂ ਰੋਕੋ ਸਮਝਾਓ, ਕਹਿੰਦੇ ਸਭ ਪਤਾ ਸਾਨੂੰ, ਦਸ਼ਮੇਸ਼ ਜੀਆਂ ਨੂੰ ਸਾਰਾ ਕੁਛ ਪਤਾ, ਤੁਸੀਂ ਜਾਓ ਜਿੱਥੇ ਜਾਣਾ। ਕੀ ਸਮਾਂ ਆਇਆ ਜਿਸ ਵਕਤ ਪੰਜ ਪਿਆਰੇ, ਅਸੀਂ ਕਹਿ ਰਹੇ ਨਾ, ਪੰਜਵੇਂ ਨੂੰ ਲੈ ਕੇ ਗਏ, ਕੁਛ ਸਮਾਂ ਲਾ ਦਿੱਤਾ ਦਸ਼ਮੇਸ਼ ਜੀਆਂ ਨੇ, ਜਦੋਂ ਵਾਪਸ ਆਏ ਉਹ ਪੰਜੇ ਕੀ ਰੂਪ ਹੋਏ ਸੀ, ਨਾਲ ਲਈ ਆ ਰਹੇ ਨੇ ਉਹਨਾਂ ਦੇ ਸੋਹਣੇ, ਬਹੁਤ ਸੁੰਦਰ ਵਸਤਰ ਚੋਲੇ ਪਾਏ ਨੇ, ਦੁਮਾਲੇ ਸਜੇ ਨੇ, ਹੱਥਾਂ 'ਚ ਸ੍ਰੀ ਸਾਹਿਬ ਨੇ। ਦੇਖ ਕੇ ਸੰਗਤ ਉਹੀ, ਆਹ ਕੀ ਹੋ ਗਿਆ ਵੇ, ਇੱਕ ਦਾ ਸਿਰ ਲਿਆ, ਦੂਸਰੇ ਦਾ, ਤੀਸਰੇ ਦਾ, ਚੌਥਾ, ਪੰਜ ਹੋ ਗਏ। ਇਹ ਤਾਂ ਇਹਨਾਂ ਦਾ ਵੀ ਅੱਜ ਜਲਾਲ ਤੇਜ ਪ੍ਰਤਾਪ ਝੱਲਿਆ ਨਹੀਂ ਜਾਂਦਾ। ਉਹ ਸਮਾਂ ਪੜ੍ਹਦੇ ਸੀ, ਪੀਵੋ ਪਾਹਲ ਖੰਡੇ ਧਾਰ ਹੋਵੇ, ਜਨਮ ਸੁਹੇਲਾ ਅੰਮ੍ਰਿਤ ਛਕਿਓ, ਗੁਰੂ ਵਾਲੇ ਬਣ ਜਿਓ। ਅੱਜ ਦਾ ਜੋ ਮਹਾਂਪੁਰਖ, ਪਹਿਲਾਂ ਆਦਮਪਾਲ, ਸੰਤ ਮਹਾਰਾਜ ਜੀ, ਸੰਤ ਜੀ ਮਹਾਰਾਜ, ਸਿੱਧ ਸਰ, ਸਿਹੋੜਾ ਸਾਹਿਬ, ਸਿੱਧ ਸਰ ਪਹਿਲਾਂ ਆਇਆ। ਅੱਛਾ, ਆਦਮਪਾਲ, ਹੋਰ ਵੀ ਕਈ ਥਾਵਾਂ 'ਤੇ, ਫਿਰ ਹੌਲੀ ਹੌਲੀ ਕਰਦੇ ਕਰਦੇ ਛੋੜਾ ਸਾਹਿਬ ਚਲੇ ਗਏ। ਉਸ ਵਕਤ ਜਾ
ਮੈਂ ਕੁਛ ਹੋਰ ਨਹੀਂ ਕਹਿੰਦਾ, ਮੈਂ ਜਨਮ ਕਿਉਂ ਬੋਲ ਰਿਹਾ। ਧੰਨ ਜਣੇਂਦੀ ਮਾਂ ਆਏ ਸਫਲ ਸੀ, ਮਾਤਾ ਨੂੰ ਵੀ ਧੰਨ ਜੀ ਨੇ ਜਨਮ ਦਿੱਤਾ, ਧੰਨ ਜਾਣਨੀ ਜਿਨ ਜਾਇਆ, ਧੰਨ ਪਿਤਾ ਆਪਦੀ ਸ਼ਰਧਾ ਚੰਦਰ ਜੋ ਮਰਜ਼ੀ ਕਹਿ ਲਓ, ਪਿਤਾ ਜੀਆਂ ਨੂੰ ਵੀ ਰਾਤ ਐਵੇਂ ਗੁਜ਼ਰ ਗਈ ਸਾਡੀ ਪ੍ਰਿੰਸੀਪਲ ਅਤੇ ਯਾਨੀ ਭਜਨ ਸਿੰਘ ਔਰ ਵੀ ਸਾਰੇ ਕਾਂਜਲਾ ਸਾਹਿਬ ਕੁਛ ਅਸੀਂ ਤਿੰਨੇ ਬੈਠੇ, ਕੀ ਕਹਿੰਦੇ ਮਹਾਂਪੁਰਖ, ਕਹਿੰਦੇ ਸਾਡੇ ਪਿਤਾ ਜੀਆਂ ਨੂੰ ਫਰਿਸ਼ਤਾ ਮਿਲਿਆ, ਜਦੋਂ ਮਿਲਿਆ ਲਾਈਟ ਹੋਈ, ਪ੍ਰਕਾਸ਼ ਹੋਇਆ, ਪਰ ਇੱਕੋ ਮਹਾਂਪੁਰਖ ਜਿਨ੍ਹਾਂ ਨੇ ਆ ਕੇ ਨਾਮ ਜਪਾਇਆ, ਆਪ ਜਪਹਿ ਅਵਰਹਿ ਨਾਮ ਜਪਾਵੇ, ਉਸ ਮਹਾਂਪੁਰਖ ਦੀ ਤੇਰੀ ਉਸਤਤ ਕਰ ਕਰ, ਜਿਵੇਂ ਜਿਵੇਂ ਬਾਬਾ ਮੋਹਨ ਜੀਆਂ ਦੀ ਉਸਤਤ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਐਸੇ ਤਰ੍ਹਾਂ ਉੱਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਚੋਜੀ ਪ੍ਰੀਤਮ ਚੋਜ ਕਰ ਕਰਕੇ ਦੇਖ ਰਹੇ ਸੀ ਬਾਲ ਅਵਸਥਾ ਦੇ ਵਿੱਚ, ਗੋਬਿੰਦ ਰਾਏ ਦਰਸ਼ਨ ਮੈਂ ਵੀ ਕਰਕੇ ਆਉਣਾ, ਪਟਨਾ ਸਾਹਿਬ ਕੰਗਣ ਘਾਟ, ਘਾਟਾਂ ਕਿਤਨੀਆਂ ਨੇ, ਉੱਥੇ ਚੋਜ ਕਰਕੇ ਦੇਖਦੇ ਨੇ, ਲਾਲ ਜੀ ਤੁਹਾਡਾ ਕੰਗਣ ਕਿੱਥੇ ਹੈ, ਆ ਜਾਓ ਮੈਂ ਦੱਸ ਦੇ, ਆ ਦੂਸਰਾ ਵੀ ਵਗਾ ਕੇ ਮਾਰਿਆ ਗਾ, ਜਦੋਂ ਕਹਿੰਦੇ ਕੀ ਕੀਤਾ ਹੈ ਚੋਜੀ ਪ੍ਰੀਤਮ, ਉਹ ਮੇਰੇ ਚੋਜੀ ਪ੍ਰੀਤਮਾ ਤੇਰੇ ਚੋਜ ਸੀਨਿਆਰੇ, ਮੇਰੇ ਚੋਜੀ ਪ੍ਰੀਤਮਾ ਤੇਰੇ ਚੋਜ ਸੀਨਿਆਰੇ, ਚੋਜ ਨਿਆਰੇ ਤੇਰੇ ਚੋਜ ਨਿਆਰੇ।
ਪ੍ਰੀਤਮਾ, ਮੇਰੇ ਜੋਜੀ ਪ੍ਰੀਤਮਾ, ਜੋਜੀ ਪ੍ਰੀਤਮਾ, ਜੋਜੀ ਪ੍ਰੀਤਮਾ ਦਰਸ਼ਨ ਮਿਲੇਗਾ। ਅੱਛਾ, ਮਹਾਂਪੁਰਖਾਂ ਦਾ, ਕਿਉਂਕਿ ਬਹੁਤ ਸਮੇਂ ਤੋਂ ਸੰਗਤਾਂ ਨੂੰ ਉਡੀਕ ਹੁੰਦੀ ਹੈ, ਆਪਦੀ ਅਵਸਥਾ ਦੇ ਵਿੱਚ ਮਹਾਂਪੁਰਖ ਸੰਗਤਾਂ ਦੇ ਵਿੱਚ ਵਿਚਰਦੇ। ਜਦੋਂ ਸੁਬਹਾ ਜਾਣਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦਾਸ ਰੋੜੇਵਾਲ ਤੋਂ ਜਾਂਦਾ ਹੁੰਦਾ, ਉਦੋਂ ਸਰਦਾ ਸਰਾਮ ਲੈ ਜਾਣਾ ਸੁਬਹਾ ਸੁਬਹਾ। ਹੋਰ ਵੀ ਸਾਰੇ ਗਿਆਨੀ ਜਿਹੜੀ ਸਾਰੇ ਹੁੰਦੇ ਤੇ ਉੱਥੇ ਰਿਸ਼ਤੇਦਾਰ ਸੰਬੰਧੀ ਅੰਦਰ ਸਾਰਿਆਂ ਨੂੰ ਬੁਲਾ ਲੈਣਾ। ਉਸ ਵਕਤ ਸਮੇਂ ਦੇ ਅਨੁਸਾਰ ਵੀ ਹੁਣ ਵਧਾਉਗੀ ਦੇਣ ਵਾਲਾ ਕੰਮ ਹੋਣਾ, ਮੈਂ ਉਦੋਂ ਜਾਣਾ। ਨਮਸਕਾਰ ਕੀਤੀ, ਮਿਠਰਸ ਰੱਖਿਆ, ਮੈਨੂੰ ਆਗਿਆ ਦਿਓ ਮਹਾਰਾਜ। ਆਪ ਜੀਆਂ ਨੂੰ ਬਹੁਤ ਬਹੁਤ ਵਧਾਈਆਂ, ਕਰੋੜ ਕਰੋੜ, ਨਾਲੇ ਹੌਲੀ ਹੌਲੀ ਐਂ ਖੁਸ਼ ਜੇ ਵੀ ਹੋਈ ਜਾਣਾ ਮਹਾਂਪੁਰਖਾਂ ਦੇ ਅੰਦਰ ਬੈਠਿਆਂ ਨੇ। ਅੱਛਾ ਜਾ, ਫਿਰ ਤੂੰ ਜਾਣਾ, ਹਾਂ ਚੰਗਾ ਚੱਲ, ਫਿਰ ਤੇਰੀ ਰਜਾ, ਲੈ ਆ ਜਾ, ਲੈ ਫੜ ਡੱਬਾ। ਬਸ ਇੰਨਾ ਹੀ ਹੁੰਦਾ ਸੀ, ਉਰੇ ਆ ਜਾਣਾ ਤੁਰੰਤ, ਉੱਥੇ ਹੀ ਮਨਾ ਲਈ ਆਪਦਾ। ਅਲੱਗ ਜਿਹਾ ਕੱਢ ਰੱਖਿਆ ਮੈਨੂੰ ਸਾਈਡ 'ਤੇ ਨੂੰ, ਮਗਰੋਂ ਫਿਰ ਸਾਰੇ ਹੁਣ ਉਦੋਂ ਬੜੇ ਪਿਆਰ ਨਾਲ ਅੰਦਰੋਂ ਚੰਗੇ ਆਸ਼ੀਰਵਾਦ ਲੈ ਕੇ ਸਾਰੇ ਆਇਆ ਕਰਦੇ। ਮੈਂ ਪਹਿਲਾਂ ਆ ਜਾਂਦਾ ਸੀ, ਬਚਨ ਕੀ ਹੁੰਦਾ ਹੁੰਦਾ ਫਿਰ ਲਾਸਟ ਦੇ ਵਿੱਚ, ਤੂੰ ਮਨਾਈ ਜਾਈ ਜਿੰਨੇ ਮਰਜ਼ੀ, ਤਹੀਂ ਮਨਾਉਣੇ ਨੇ ਫਿਰ ਇਹ। ਤੂੰ ਮਨਾ ਲਿਆ ਕਰੀ ਸਭ ਕੁਛ, ਹੁਣ ਮੈਂ ਜ਼ਿਆਦਾ ਨਾ ਬੋਲ ਜਾ। ਸੰਦੌੜ ਵਾਲੇ ਪੜ੍ਹਦੇ ਸੀ, ਉਹ ਬਾਬਾ ਜੀ ਬੈਠੇ ਨੇ, ਹੱਥ ਸੰਤਾਂ ਦੇ ਆਈਆਂ ਕੂੰਜੀਆਂ, ਆ ਤੈਨੂੰ ਹੋਰ ਨਹੀਂ ਕੁੰਜੀਆਂ ਚਾਬੀਆਂ ਦੇਣੀਆਂ,
ਹੱਥ ਸੰਤਾਂ ਦੇ ਆਈਆਂ, ਸੰਤ ਵੈਸ਼ਨ ਕੱਲ੍ਹ ਪਰਸੋਂ ਦੇ ਡਿਊਟੀ ਕਰ ਰਹੇ ਨੇ ਆ। ਸਤਿਗੁਰੂ ਜੀ, ਸਤਿਗੁਰ ਸਿੰਘ ਜੀ, ਸਾਰਾ ਜਥਾ, ਹੋਰ ਵੀ ਜਿਤਨੇ ਆਏ ਪਰਸੋਂ ਦੇ ਡਿਊਟੀ 'ਤੇ ਬੈਠੇ ਨੇ, ਮੈਂ ਡਿਊਟੀ ਲਾ ਤੀ, ਤੁਸੀਂ ਆਉਣਾ ਸੰਭਾਲਣਾ ਕਰਨੀਆਂ ਆਏ ਨੇ, ਡਿਊਟੀ ਵੀ ਕਰੀ ਹੈ, ਚੰਗਾ। ਕੋਈ ਆ ਫਕੀਰ ਦੀ ਧਰਤੀ ਤੋਂ ਜੇ ਮਹਾਂਪੁਰਖ ਖੁਸ਼ ਹੋ ਜਾਂਦੇ ਨੇ, ਬਾਬਾ ਪੂਰਨ ਦਾਸ ਜੈਸੇ, ਬੀਰਮਦਾਸ ਮਹਾਰਾਜ ਜੈਸੇ, ਮਾਤਾ ਜਿਉਣੀ ਦਾਸ ਜੀ ਮਿੜੇ ਵਾਲੇ ਬੈਠੇ ਨੇ, ਪਰ ਠਾਕਰ ਦਾਸ ਬੋਰੀਆਂ ਵਾਲਿਆਂ ਦੇ ਮੈਂ ਜ਼ਿਕਰ ਕੀਤਾ, ਦੇਵਾਦਾਸ, ਠਾਕਰ ਦਾਸ, ਬਾਬਾ ਪੂਰਨ ਦਾਸ ਜੀ, ਸੰਤ ਬਾਬਾ ਬਲਵੰਤ ਸਿੰਘ ਜੀ, ਔਰ ਵੀ ਥੇ ਸਾਧੂ, ਮੈਂ ਕਈਆਂ ਦਾ ਨਾਮ ਕੇਰ ਦਾਸ ਜੈਸੇ, ਉੱਚੀਆਂ ਕਮਾਈਆਂ ਵਾਲਿਆਂ ਦੀ ਮੈਂ ਵੀ ਨਹੀਂ ਤਾਂ ਬਹੁਤ ਸੀ, ਹੱਦ ਟੁੱਟੀ ਪਈ ਸੀ, ਪਰ ਉਹ ਚਾਬੀਆਂ ਕਿਹਦੇ ਹੱਥ ਦਿੱਤੀਆਂ? ਬਾਬਾ ਪੂਰਨ ਦਾਸ ਜੀਆਂ ਨੇ, ਮਹਾਂਪੁਰਖਾਂ ਦੇ ਜਾਂਦੇ ਜਾਂਦੇ ਬੁਲਾ ਕੇ, ਪਿਤਾ ਜੀਆਂ ਦੇ ਰਾਹੀਂ ਦਾ ਜਿਸ ਵਕਤ ਬੁਲਾਏ ਮਹਾਂਪੁਰਖ ਸਿਓੜਾ ਸਾਹਿਬ, ਉਦੋਂ ਵੀ ਮਾਤਾ ਜੀਆਂ ਦੇ ਰਾਹੀਂ ਬੁਲਾਏ, ਬਹਿਬਲਪੁਰ ਚਲੇ ਗਏ, ਨਹੀਂ ਉਹ ਮਹਾਂਪੁਰਖ ਹੱਥ ਲੱਗਣ ਵਾਲੇ ਨਹੀਂ ਸੀ। ਕੀ ਸੁਣਿਆ ਤੁਸੀਂ ਕੈਸਟਾਂ 'ਚ? ਅਸੀਂ ਉਰੇ ਚਲੇ ਜਾਣਾ, ਸ੍ਰੀ ਹਜ਼ੂਰ ਸਾਹਿਬ ਇੱਕ ਹਾਰਮੋਨੀਅਮ ਲੈ ਲਾਂਗੇ, ਦਿਲ ਕੀਤਾ ਸ਼ਬਦ ਪੜ੍ਹ ਲਿਆ ਕਰਾਂਗੇ, ਨਹੀਂ ਗੋਦਾਵਰੀ 'ਤੇ ਬੈਠ ਕੇ ਨਾਮ ਜਪਣਾ ਗੁਰੂ ਦਾ। ਫਿਰ ਸੰਤ ਮਹਾਰਾਜ ਆਤਰ ਸਿੰਘ ਗੁਰਸਾਗਰ ਮਸਤੂਆਣਾ ਸਾਹਿਬ ਵਾਲਿਆਂ ਦੀ ਯਾਦ ਦੇ ਵਿੱਚ ਕਿੱਡਾ ਵੱਡਾ ਗੁਰੂ ਘਰ ਬਣਾ ਕੇ ਆਏ ਨੇ, ਨਾਮ ਰੱਖਿਆ ਹੌਲੀ ਦੇਣੀ ਬੋਲਦੇ ਨੇ, ਜਿਵੇਂ ਕਦੇ ਜਦ ਟ੍ਰੇਨਾਂ ਦੇ ਵਿੱਚ 10 ਟ੍ਰੇਨਾਂ 'ਚ ਗਏ ਸੀ, ਉਦੋਂ ਤਾਂ ਬੜੇ ਜਥੇ ਕੀਰਤਨ ਕਰਦੇ ਜਾਂਦੇ ਸੀ, 10 ਰੇਲਾਂ ਲੈ ਕੇ ਗਿਆ ਸਿਓੜੇ ਵਾਲੇ ਸੰਤ, 10, 2 ਲੈ ਗਏ, 3 ਲੈ ਗਏ, ਫਿਰ 5 ਲੈ ਕੇ ਗਏ, ਚਲੋ ਤੁਹਾਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾ ਕੇ ਲਿਆਵਾਂ। ਹੈ ਕੋਈ ਫਕੀਰ? 10 ਰੇਲਾਂ, ਪਹਿਲੀ ਵਾਰੀ ਬਾਬਾ ਬੇਦੀ ਸਾਹਿਬ ਸਰਬਜੋਤ ਸਿੰਘ ਜੀ ਨੂੰ ਬੁਲਾਇਆ, ਬੁਲਾ ਕੇ ਉੱਥੇ ਕਹਿੰਦੇ ਸਾਤੋਂ ਤੁਰਨਾ ਔਖਾ ਹੈ, ਕਹਿੰਦੇ ਤੁਸੀਂ ਝੰਡੀ ਦੇ ਦਿਓ ਉੱਥੇ, ਉਹਨਾਂ ਨੇ ਕੁਛ ਮੰਨਿਆ ਸੀ, ਕਹਿੰਦੇ ਤੁਸੀਂ ਉਹ ਤੋਰ ਦਿਓ, ਠੀਕ ਹੋ ਗਿਆ, ਬਹੁਤਾ ਅੱਛਾ। 2 ਲਗਏ, 3 ਲਗਏ, ਉਹ ਪਹਿਲੀ ਸੁੱਖ ਮਾਤਾ ਜੀਆਂ ਦੀ ਸੀ, ਭੋਲੇ ਭਾਲਿਆਂ ਨੇ ਸੁੱਖ ਲਈ, ਮੈਂ ਆਪਦੇ ਭਰਾ ਨੂੰ ਮਹਾਂਪੁਰਖ ਤਾਂ ਰੱਖ ਕੇ ਵੀ ਖੋਲੂ ਮਗਰੋਂ, ਮੈਂ ਆਪਦੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਕੋਲ ਲੈ ਕੇ ਆਊਂ, ਹਜ਼ੂਰ ਸਾਹਿਬ ਮੇਰਾ ਭਰਾ ਮੁੜ ਆਵੇ ਜੇ ਕਿਤੇ ਹੈਗਾ। ਸੁੱਖ ਪੂਰੀ ਹੋਈ, ਬਾਬਾ ਜੀ ਚਲੇ ਗਏ, ਦੂਸਰੇ ਦਿਨ ਜਾ ਕੇ ਘਰੇ ਪੁੱਛਦੇ ਨੇ, ਧੀਏ ਕੀ ਗੱਲ, ਕਿਉਂ ਰੋ ਰਹੇ ਹੋ? ਸਾਰੇ ਦੱਸ ਦਿੱਤਾ, ਸਾਰਾ ਕੁਛ ਦੱਸਤਾ,
ਕਹਿੰਦੇ ਕਿੰਨਾ ਟਾਈਮ ਹੈ? ਇੰਨਾ ਟਾਈਮ। ਅੱਛਾ, ਨੇਤਰ ਬੰਦ ਕੀਤੇ, ਫਿਰ ਥੋੜ੍ਹੇ ਸਮੇਂ 'ਚ ਕਹਿੰਦੇ ਉਹ ਤਾਂ ਰੱਬ ਨੂੰ ਲੱਜਾਂ ਪਾਈ ਬੈਠਾ, ਜਾਣਾ ਕਿੱਥੇ ਹੈ? ਤਪ ਕਰਦਾ ਪਰ ਮੁੜ ਕੇ ਨਹੀਂ ਆਉਣਾ। ਉਹਨੇ ਵਾਅਦਾ ਕਰ ਲਿਆ, ਮੈਂ ਮੁੜ ਕੇ ਨਹੀਂ ਆਉਣਾ। ਕਹਿੰਦੇ ਜੀ ਫਿਰ ਮਹਾਰਾਜ ਤੁਸੀਂ ਕਿਤੇ ਸਾਨੂੰ ਟਾਲ ਤਾਂ ਨਹੀਂ ਲਾਉਂਦੇ? ਲਓ ਜੀ ਫਿਰ ਘੁੰਡੀ 'ਚ ਆ ਗਏ ਵੱਡੇ ਮਹਾਰਾਜ। ਕਹਿੰਦੇ ਨਹੀਂ ਬੇਟਾ, ਟਾਲ ਨਹੀਂ ਸਾਡੀ, ਇਹ ਸੱਚ ਹੈ। ਕਹਿੰਦੇ ਫਿਰ ਮਿਲਾ ਦਿਓ, ਇੱਕ ਵਾਰੀ ਮਿਲਾ ਦਿਓ। ਅੱਛਾ, ਪਰ ਇੱਕ ਗੱਲ ਹੋ, ਉਹਨੇ ਤੁਹਾਡੇ ਕੋਲ ਨਹੀਂ ਰਹਿਣਾ, ਹੋਰ ਕਿਤੇ ਨਹੀਂ, ਉਹਨੂੰ ਅਸੀਂ ਰੱਖ ਸਕਦੇ ਹਾਂ, ਅਸੀਂ ਰੱਖ ਸਕਦੇ ਹਾਂ। ਕਹਿੰਦੇ ਜੀ ਤੁਹਾਡਾ ਹੀ ਹੋ ਗਿਆ, ਤੁਸੀਂ ਉਹ ਰੱਖ ਲਓ। ਮਾਤਾ ਜੀਆਂ ਦੇ ਰਾਹੀਂ ਆ ਰੋੜਗੜ੍ਹ ਰੋੜੇ ਵਾਲਾ ਸਾਹਿਬ ਦੀ ਧਰਤੀ 'ਤੇ ਮਹਾਂਪੁਰਖਾਂ ਨੂੰ ਲੈ ਕੇ ਆਉਣ ਵਾਲਾ ਕੌਣ ਸੀ? ਮਾਤਾ ਜੀ ਸੀ, ਦਾਸ ਦੇ ਪਿਤਾ ਜੀ ਸੀ। ਮੈਨੂੰ ਦੱਸੋ ਸੁਹਾਗਣ ਸਹੀ ਹੋ, ਇਹਨਾਂ ਨੇ ਮੇਰਾ ਦੇਖਿਆ ਪ੍ਰੀਤਮ ਪਿਆਰਾ। ਅੱਛਾ ਲੈ ਆਉਂਦੇ, ਚਲੋ ਮੈਂ ਜਲਦੀ 'ਚ ਹੁਣ, ਕਿਉਂਕਿ 2 ਵੱਜਣ ਲੱਗੇ ਨੇ, 2 ਘੰਟੇ ਹੋ ਜਾਣੇ ਨੇ। ਇਹ ਵੀ ਖੁਸ਼ੀ ਦਾ ਹੀ ਹੈ। ਹਾਂਜੀ, ਆ ਸਾਰਾ ਲਵਾਣਾ ਜਥਾ ਬਾਲੇਵਾਲ ਸਾਹਿਬ ਹਰ ਡੱਬੇ ਦੇ ਵਿੱਚ ਕੀਰਤਨ ਹੁੰਦਾ ਜਾਂਦਾ। ਆ ਗਏ, ਕਹਿੰਦੇ ਅਸੀਂ ਸੁੱਖ ਸੁੱਖ ਲਈ ਮਹਾਂਪੁਰਖਾਂ ਦੇ ਤੇਜ ਪ੍ਰਤਾਪ ਦੇ ਅੱਗੇ ਐਡੇ ਮਹਾਂਪੁਰਖ ਫਿਰ ਵੀ ਆਪਣੇ ਗੁਰੂ ਦਾ ਸਤਿਕਾਰ ਕਰਦੇ ਸੀ। ਕਹਿੰਦੇ ਅਸੀਂ ਵੱਡਿਆਂ ਦੇ ਹੁੰਦੇ ਨਹੀਂ, ਭੈਣ ਬੀਬੀ ਕਹਿਣਾ। ਫਿਰ ਜਦੋਂ ਬੁਲਾਉਣਗੇ ਗੁਰੂ ਦਸ਼ਮੇਸ਼ ਬਾਜਾਂ ਵਾਲੇ, ਅਸੀਂ ਚਲੇ ਜਾਵਾਂਗੇ, ਊਂ ਅਸੀਂ ਇਕੱਲੇ ਤਾਂ ਜਾ ਹੀ ਆਉਂਦੇ ਹਾਂ। ਕਹਿੰਦੇ ਨਹੀਂ, ਚਲੋ ਕੁਛ ਸਮਾਂ ਬੀਤ ਗਿਆ ਜਿਵੇਂ ਬੜੇ ਬਾਬਾ ਜੀ ਸੱਚਖੰਡ ਜਾਵਰਾ ਜੀ, ਸਮਾਂ ਆ ਗਿਆ, ਮੈਨੂੰ ਮਹਾਂਪੁਰਖ ਕਹਿਣ ਲੱਗੇ ਤੂੰ ਤਿਆਰ ਰਹੀ, ਨਾਲ ਜਾਣਾ ਨਾਲ ਜਾਣਾ। ਸਿਰੇ 'ਤੇ ਆ ਕੇ ਕਹਿੰਦੇ ਸੁਣ ਮੇਰੀ ਗੱਲ, ਬੀਬੀ ਨੇ ਸਾਡੀਆਂ, ਬੀਬੀ ਕਿਹਾ ਕਰਦੇ, ਸਾਡੀ ਬੀਬੀ ਨੇ, ਭੈਣ ਨੇ, ਸੁੱਖ ਸੁਖੀ ਦੀ ਮੇਰੀ, ਮੈਨੂੰ ਦੱਸਦਾ ਸੀ, ਮੈਂ ਉਹਨੂੰ ਨਾਲ ਲੈ ਕੇ ਜਾਣਾ, ਤੂੰ ਫਤਿਹਗੜ੍ਹ ਸਾਹਿਬ ਰਹੀ ਆ, ਚੱਕ ਚਾਬੀਆਂ। ਮੈਂ ਕਿਹਾ ਸਿਰੇ 'ਤੇ ਆ ਕੇ ਬਸ ਛੱਡ ਗਏ ਮੈਨੂੰ ਉੱਥੇ। ਚਲੋ ਮਾਤਾ ਜੀਆਂ ਨੂੰ ਲੈ ਗਏ, ਮੂਹਰਲੇ ਡੱਬੇ 'ਚ ਬਿਠਾਏ ਆਪਦੇ ਵਾਲੇ 'ਚ। ਕੁਛ ਐਸੇ ਵੀ ਥੇ ਲੋਕ ਜਿਨ੍ਹਾਂ ਨੂੰ ਔਖਾ ਹੋ ਗਿਆ ਉਸ ਸਮੇਂ, ਬਾਬਾ ਜੀਆਂ ਨੇ ਆਪਣੀ ਭੈਣ ਨੂੰ ਬਿਠਾ ਲਿਆ ਡੱਬੇ ਦੇ ਵਿੱਚ ਨਾਲ, ਪਤਾ ਨਹੀਂ ਸਾਡੀ ਘੱਟ ਜੂਗੀ, ਉਹ ਨਹੀਂ, ਉਹ ਫਕੀਰ ਵਾਸਤੇ ਸਭ ਇੱਕ ਹੈ। ਅੱਛਾ ਲੈ ਗਏ, ਨਮਸਕਾਰ ਕੀਤੀ ਰਾਤ 'ਤੇ, ਲਓ ਮੈਂ ਜਿਹੜੀ ਸੁੱਖ ਸੁਖੀ ਸੀ ਉਹ ਮੇਰਾ ਵੀਰ ਮੈਨੂੰ ਮਿਲ ਗਿਆ ਸੀ, ਐ ਬਾਜਾਂ ਵਾਲਿਆ ਗੁਰੂ, ਮੈਂ ਅੱਜ ਆਪਦੇ ਭਰਾ ਦੀ ਆ ਨਹੀਂ ਨਾ ਸੁਣੀਆਂ ਕਦੇ, ਇਹ ਨਹੀਂ ਸੀ ਸੁਣੀਆਂ। ਹੌਲੀ ਹੌਲੀ ਲਿਖੀਆਂ ਪਈਆਂ ਨੇ ਡਾਇਰੀਆਂ ਦੇ ਵਿੱਚ ਮੇਰੇ, ਛੋਟੀ ਛੋਟੀਆਂ ਦੇ ਲਾਏ ਆਏ।
ਦੋ, ਫਿਰ ਤਿੰਨ ਦੀ ਵਾਰੀ ਆ ਗਈ, ਪੰਜ ਦੀ ਵਾਰੀ ਆਈ। ਮੈਂ ਕਿਹਾ ਪੰਜਵੇਂ 'ਚ ਤਾਂ ਲੈ ਚੱਲੋ ਮਹਾਰਾਜ, ਪਰ ਜਿਹੜੀ ਗੋਝ ਸੀ ਉਹ ਦੱਸਦੇ ਹਰੇਕ ਨੂੰ ਨਹੀਂ ਸੀ। ਕਹਿੰਦੇ ਸਮਾਂ ਆਊਗਾ, ਤੂੰ ਚੱਲਿਆ ਜਾਇਆ ਕਰੀ, ਬਥੇਰੇ ਸਮੇਂ ਆਉਣੇ ਨੇ। 10 ਰੇਲਾਂ ਗੁਰੂ ਦਸ਼ਮੇਸ਼ ਉਹਨਾਂ ਦੇ ਚਰਨਾਂ 'ਚ ਉੱਥੇ ਲੈ ਕੇ ਦਰਸ਼ਨ ਕਰਾਏ ਸਾਰੀ ਸੰਗਤ ਨੂੰ। ਭਜਨਗੜ੍ਹ ਗੁਰਦੁਆਰਾ ਸਾਹਿਬ ਬਣਾਇਆ ਤਾਂ ਸਿਓੜੇ ਵਾਲੇ ਸੰਤਾਂ ਨੇ ਜਾ ਕੇ ਉੱਥੇ ਸੇਵਾ ਕਰਾਈ। ਫਿਰ ਵੀ ਕੋਈ ਸਾਂਭ ਲਓ, ਮੈਨੂੰ ਇੰਨੀ ਉਹ ਨਹੀਂ ਹੈ, ਮੈਂ ਤਾਂ ਬਚਨ ਦਾ ਬੰਨੇ ਇਹ ਖੜਦਾ ਨਹੀਂ, ਅੱਜ ਕੀ ਗੱਲ ਹੋਊਗੀ, ਮੈਂ ਤਾਂ ਬਚਨ ਦਾ ਬੰਨਿਆ। ਉਦਾਂ ਬਾਜਨਾ ਦੇ ਬਲੀ ਹੁੰਦੇ ਸੂਰ ਮੇ ਪਿਆਰੇ, ਬਾਜਨਾ ਦੇ ਬਲੀ ਹੁੰਦੇ ਸੂਰ ਮੇ ਬਾਬਾ, ਬਾਜਨਾ ਦੇ ਨਾਮ ਦੇ ਬਲੀ ਹੁੰਦੇ ਸੂਰ ਮੇ ਬਾਬਾ, ਬਚ ਨਾਮ ਦੇ ਬਲੀ ਹੁੰਦੇ ਸੂਰ ਮੇ ਕੋਲੋਂ ਨਹੀਂ ਡਰਦੇ, ਬਚਨਾਂ ਦੇ ਬਲੀ ਹੁੰਦੇ ਸੂਰ ਮੇ, ਮੌਤ ਕੋਲੋਂ ਨਹੀਂ ਡਰਦੇ।
ਜਿਨ੍ਹਾਂ ਦੇ ਬਲੀ ਹੁੰਦੇ ਸੂਰਮੇ, ਬਚਨਾਂ ਦੇ ਬਲੀ ਹੁੰਦੇ ਸੂਰਮੇ, ਗੋੜਾ ਜੀ ਨਹੀਂ ਡਰਦੇ, ਮੌਤ ਗੋੜਾ ਜੀ ਕਦੇ ਨਾ ਡਰਦੇ, ਬਚਨਾਂ ਦੇ ਬਲੀ ਹੁੰਦੇ ਸੂਰਮੇ, ਮਰਦ ਵਚ ਉਹ ਮਰਦ ਵਚਨਾਂ ਦੇ ਦਿੱਤਾ ਭਜਨਗੜ੍ਹ ਗੁਰਦੁਆਰਾ ਸਾਹਿਬ। ਧੰਨ ਮਹਾਰਾਜ ਸੰਤ ਆਤਰ ਸਿੰਘ ਜੀ ਮਹਾਰਾਜ। ਅੱਜ ਸੰਸਾਰ ਉੱਥੇ ਪੂਜ ਰਿਹਾ, ਕਮਰਾ ਬਣਿਆ, ਸਰੂਪ ਰੱਖਿਆ, ਜੋਤ ਜਗਦੀ ਹੈ, ਕਿਤਨਾ ਜਪ ਤਪ ਕੀਤਾ ਹੈ। ਫਿਰ ਸੰਤ ਮਹਾਰਾਜ ਕਿਤੇ ਨੂੰ ਜਾਇਆ ਕਰ ਦੇ ਹਜ਼ੂਰ ਸਾਹਿਬ। ਪਿਛਲੀ ਵਾਰੀ ਮੈਂ ਪੜ੍ਹਿਆ ਸੀ, ਨੀਲਾ ਭੇਟ ਕੀਤਾ ਹਜ਼ੂਰ ਸਾਹਿਬ, ਸੰਗਤਾਂ ਲੈ ਕੇ ਜਾਣੀਆਂ ਨੇ ਚਲੋ ਹਜ਼ੂਰ ਸਾਹਿਬ ਨੂੰ, ਅੱਛਾ ਮੋੜ ਲਿਆਂਦੇ, ਆ ਗਏ ਸੀ ਬਾਬਾ ਜੀਆਂ ਪਾਸ, ਬਚਨ ਪੂਰਾ ਹੋ ਗਿਆ। ਫਿਰ ਵੀ ਜਿਸ ਵਕਤ ਬਾਬਾ ਜੀਆਂ ਨੇ ਵੱਡਿਆਂ ਨੇ ਜਾਣਾ ਕੀਤਾ, ਸੁਨੇਹਾ ਆ ਗਿਆ ਪਿਤਾ ਜੀਆਂ ਨੂੰ ਬੁਲਾ ਲਿਆ, ਫਿਰ ਪਿੰਡੋਂ ਅਮਰ ਸਿਉਂ ਆਇਆ ਵਾਸੀ ਉਰੇ, ਕਰਤਾਰ ਸਿਉਂ ਅਮਰ ਸਿਉਂ ਉਰੇ ਬਾਬਾ ਜੀਆਂ ਪਾਸ, ਪਣਗੇ ਤੇ ਸਜੇ ਨੇ ਇਸ਼ਾਰਾ ਕਰ ਦਿੱਤਾ, ਬੋਲਦਾ ਪਿਤਾ ਜੀਆਂ ਦਾ ਨਾਮ ਲੈ ਕੇ ਉਹਨੂੰ ਭੇਜ ਦਿਓ। ਸੰਤ ਮਹਾਰਾਜ ਕਿੱਥੇ ਨੇ ਚਲੈਲੇ, ਫਿਰ ਵੀ ਜਦੋਂ ਜਾਂਦੇ ਜਾਂਦੇ ਨਾਦਰ ਕਰਕੇ ਗਏ, ਉਸ ਵਕਤ ਵੀ ਦਾਸ ਦੇ ਪਿਤਾ ਦੇ ਰਾਹੀਂ ਬੁਲਾਏ, ਤੂੰ ਛੱਡ ਕੇ ਸਾਡੇ ਪਾਸ ਇਹਨਾਂ ਨੂੰ ਲੈ ਕੇ ਆਏ ਸੀ ਤੁਸੀਂ, ਆ ਲੈਂਦੇ ਜੀ। ਹੁਣ ਮੈਂ ਉਸ ਸਮਾਂ ਬਰਸ਼ੀਆਂ ਵਾਲਾ ਆ ਜਾਂਦਾ ਅੱਗੇ ਕਿ ਸੁਬਾਹ ਤੋਂ ਹੀ ਬਹੁਤ ਪਿਆਰ ਸਹਿਤ ਖੁਸ਼ੀਆਂ ਭਰੇ
ਕੋਈ ਮਾਤਾ ਨੂੰ ਵਧਾਈਆਂ ਦਿੰਦਾ, ਕੋਈ ਪਿਤਾ ਨੂੰ ਵਧਾਈਆਂ ਦੇ ਰਿਹਾ। ਜੈ ਗੋਪਾਲ। ਸਭ ਵਧਾਈਆਂ ਦਿੰਦੇ ਤੇ ਸਾਡੇ ਧਨੋ ਵਾਲੇ ਸੰਤ ਲੇਟ ਹੋ ਗਏ, ਜ਼ਿਆਦੇ ਉਲਝ ਜਾਂਦੇ ਨੇ ਕੰਮ 'ਚ। ਮੈਂ ਦੇਖਾਂ, ਮੈਂ ਕਿਹਾ ਇਹ ਵੀ ਕਿਤੇ ਆ ਕੇ ਆਵਾਜ਼ ਸੁਣੂਗੀ ਵੀ ਵਧਾਈਆਂ ਦੇਣਗੇ। ਚਲੋ ਹੋ ਜਾਂਦਾ। ਆਹ ਉਹ ਫੁਲਵਾੜੀ ਹੈ ਮਹਾਂਪੁਰਖ ਦੀ, ਸੰਤ ਸਿਹੋੜੇ ਵਾਲਿਆਂ ਦੀ। ਆਹ ਧਰਤੀ 'ਤੇ ਆ ਕੇ ਨਾਮ ਜਪਿਆ, ਜਿਨ੍ਹੀ ਨਾਮ 'ਤੇ ਆਇਆ ਗਏ ਮਸਾਕਤ। ਅੱਛਾ, ਧੰਨ ਦਸ਼ਮੇਸ਼ ਪਿਤਾ। ਮੈਂ ਗੁਰੂ ਅਰਜਨ ਦੇਵ ਜੀਆਂ ਤੋਂ ਲੈ ਕੇ, ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਵਹੁ। ਅੱਛਾ, ਜੋਤਿ ਸੁਭਾਵ ਹੈ ਨਾਨਕਾ। ਸਾਰੀ ਉਹ ਗੱਲ ਚੰਗੀ ਹੋ ਗਈ ਅੱਜ, ਸਭ ਚੰਗੇ ਹੋ ਚੰਗੀ। ਕਿਤਨੇ ਕਲੰਗਰ ਭੰਡਾਰੇ ਬਾਬਾ ਜੀਆਂ ਦੇ, ਬਾਬਾ ਪੂਰਨ ਦਾਸ ਜੀਆਂ ਦਾ ਪ੍ਰੇਮ ਪਿਆਰ ਸੰਗਤ ਨਾਲ, ਮਹਾਂਪੁਰਖ ਸਿੱਧ ਸਰ ਸਿਹੋੜੇ ਵਾਲੇ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀਆਂ ਦਾ ਪ੍ਰੇਮ ਪਿਆਰ, ਘਰ ਘਰ ਜਾ ਕੇ ਖੰਡ ਪਾਠ ਕਰਨੇ, ਦੀਵਾਨ ਸਜਾਉਣੇ, ਆ ਉਹਨਾਂ ਦਾ ਸਮੇਂ। ਜੈ ਗੋਪਾਲ। ਅੱਛਾ, ਉੱਧਰ ਲੰਗਰ ਲੱਗੇ ਹੋਏ ਨੇ, ਮੈਨੂੰ ਟਿੱਕੀਆਂ ਦਾ ਲੰਗਰ ਲਾਇਆ ਹੋਇਆ ਨਗਰ ਪੁੰਨ ਵਾਲਿਆਂ ਨਾਲ, ਜਥੇਦਾਰ ਅਜੈਬ ਸਿੰਘ ਪੁੰਨ ਵਾਲੀਆਂ ਨੇ ਜਥੇਦਾਰ ਨੇ ਟਿੱਕੀਆਂ ਦਾ। ਆਈਸਕ੍ਰੀਮ ਦਾ ਸੈਂਟਰ ਕੰਗਣਵਾਲ, ਉਹ ਲਾਈ ਬੈਠੇ ਨੇ। ਫਿਰ ਜਿਹੜੀਆਂ ਕੋਕਾ ਕੋਲਾ ਸ਼ਖਾਉਣੀਆਂ ਠੰਡੇ, ਉਹ ਅਕਬਰਪੁਰ ਛੰਨਾ ਵਾਲਿਆਂ ਦਾ,
ਜਿਹੜਾ ਫਲਾਂ ਦਾ ਲੰਗਰ ਚੱਲ ਰਿਹਾ, ਆਹ ਮੂਵੀ 'ਤੇ ਨੌਜਵਾਨ ਖੜ੍ਹਾ ਹੈ, ਇਹਨਾਂ ਵੱਲੋਂ ਹੈ। ਹੁਣ ਮੈਂ ਦੋ ਰੱਖ ਗਿਆ ਜੀ, ਚਲੋ ਜਿੰਨਾ ਮੇਵਾ ਵਰਤਾਇਆ ਸੰਗਤ ਨੂੰ ਖੁਸ਼ੀ ਦੇ ਵਿੱਚ, ਉਹ ਸਰਦਾਰ ਸੁਖਦੀਪ ਸਿੰਘ ਟੋਡਰ ਮਾਜਰੇ ਵਾਲਿਆਂ ਨੇ 2 ਕੁਇੰਟਲ 5 ਕਿਲੋ ਉਹਨਾਂ ਉਹ ਸੁਖਦੀਪ ਸਿੰਘ ਬੈਠਾ ਤਾਂ ਅੱਜ ਬਾਹਰਲੇ ਦੇਸ਼ 'ਚ ਜਾਂ ਕੈਨੇਡਾ 'ਚ, ਭੇਜ ਤਾ ਉਹਨਾਂ ਦੇ ਦਾਮਾਦ ਆ ਦੋ ਬੈਠੇ ਨੇ, ਇੱਕ ਇਹਦੇ ਕੋਲ ਵੀ ਕੈਮਰਾ, ਇੱਕ ਮੈਂ ਉੱਧਰ ਲੰਗਰ 'ਚ ਭੇਜਿਆ ਹੋਇਆ ਕਰਨਵੀਰ ਬਰਿੰਦਰ ਆਤੀ। 2 ਕੁਇੰਟਲ ਇਹ ਸੰਗਤਾਂ ਨੂੰ ਚੌਕ ਇਹਦੇ ਵਾਸਤੇ ਹੈ, ਆਪਦੇ ਗੁਰੂ ਨਾਲ ਪਿਆਰ ਹੈ। ਹੋਰ ਵੀ ਚੱਲ ਰਹੇ ਨੇ, ਸਾਡੇ ਠੇਕੇਦਾਰ ਸਾਹਿਬ ਬੈਠੇ ਨੇ, ਕਿੱਡੇ ਕਿੱਡੇ ਭੰਡਾਰੇ ਇਹਨਾਂ ਦੇ। ਅੱਛਾ, ਉਧਰੋਂ ਬਲਵਿੰਦਰ ਸਿੰਘ ਕੰਗ ਸਰਪੰਚ, ਉਹ ਵੀ ਕੱਲ੍ਹ ਪਰਸੋਂ ਦਾ ਲੈ ਆ ਸਬਜ਼ੀਆਂ ਲਿਆਵਾਂ, ਕੀ ਲਿਆਵਾਂ, ਮੈਦਾ ਲਿਆਵਾਂ, ਉਹਨੇ ਵੀ ਹੱਦ ਤੋੜਤੀ। ਚੌਲਾਂ ਦਾ ਲੰਗਰ ਮਸਤੂਆਣਾ ਸਾਹਿਬ, ਉਹ ਸਾਰੇ ਇਲਾਕੇ ਨੇ ਮਿਲ ਕੇ ਉਹਨਾਂ ਵੱਲੋਂ ਲਾਇਆ ਹੋਇਆ। ਮੈਨੂੰ ਐਂ ਲੱਗਦਾ ਐਂ ਦਿਖਾ ਦਿਓ, ਸੰਗਤ ਦੇ ਵੀ ਦਰਸ਼ਨ ਕਰਾਓ ਨਾ। ਮੈਨੂੰ ਐਂ ਲੱਗਦਾ ਵੀ ਮੈਂ ਪਹਿਲਾਂ ਆ ਗਿਆ ਦੀਵਾਨ 'ਚ, ਹੋ ਸਕਦਾ ਸੰਤ ਬਾਅਦ 'ਚ ਆ ਰਹੇ ਨੇ ਹੌਲੀ ਹੌਲੀ ਸਾਰੇ, ਮੈਂ ਹੀ ਪਹਿਲਾਂ ਆ ਗਿਆ। ਚਲੋ ਭੁੱਲ ਚੁੱਕ ਤੇਰੇ ਦਰਬਾਰ, ਜਿਸ ਵਕਤ ਮਹਾਂਪੁਰਖਾਂ ਦਾ ਉਹ ਸਮਾਂ ਆਇਆ, ਉੱਥੇ ਭੋਰਾ ਸਾਹਿਬ ਹੈ, ਜਿਵੇਂ ਇੱਕ ਲਾਈਟ ਪ੍ਰਕਾਸ਼ ਹੁੰਦੇ ਆ, ਫਿਰ ਦੇਵਤਿਆਂ ਨੂੰ ਜੀ ਉਦੋਂ ਆਉਣਾ ਪੈ ਗਿਆ, ਦੇਵਤਿਆਂ ਨੂੰ ਜੀ ਆਈ ਆਉਣਾ ਪੈ ਗਿਆ, ਦੇਵਤਿਆਂ ਨੂੰ ਜੀ ਉਦੋਂ ਆਵਾ, ਦੇਵਤਿਆਂ ਨੂੰ ਦੇਵਤਿਆਂ ਨੂੰ ਜੀ ਆਉਣਾ ਪੈ।
ਦੇ ਆਖੇ ਪਰੀਆਂ ਨੇ, ਪਰੀਆਂ ਨੇ ਮੰਗਲ ਗਾਏ ਸੰਗ ਤੇ ਆਖੇ ਪਰੀਆਂ ਨੇ।
ਇਸ ਵਕਤ ਪ੍ਰਕਾਸ਼ ਲਾਈਟ ਖੁਸ਼ੀ ਦੀ ਲਹਿਰ ਨਗਰ ਨਿਵਾਸੀਆਂ ਨੂੰ ਜਦੋਂ ਪਤਾ ਲੱਗਿਆ ਸਭ ਵਧਾਈਆਂ ਦੇਣ ਆਉਂਦੇ ਨੇ ਗੁਰੂਆ ਤੈਨੂੰ ਵਧਾਈਆਂ ਵਧਾਈਆਂ ਗੁਰੂਆ ਤੈਨੂੰ Thank you.
ਲੰਮਾ ਸਮਾਂ ਸੰਗਤਾਂ ਦੇ ਵਿੱਚ ਰਹਿਣਾ, ਬਾਲਪਨ ਤੋਂ ਉੱਚੇ ਉੱਠਦੇ ਉੱਠਦੇ ਬੰਦਗੀ ਭਗਤੀ ਵੱਲ ਨੂੰ ਜਾਣਾ, ਕਿਵੇਂ ਮੋੜ ਕੇ ਲਿਆਂਦੇ। ਆਹ ਉਹ ਧਰਤੀ ਹੈ ਜਿੱਥੇ ਇੱਕ ਰੱਬ ਵਰਗੇ ਫਕੀਰ ਨੇ ਐਸੇ ਮਹਾਂਪੁਰਸ਼ ਨੂੰ ਸੰਭਾਲ ਕੇ ਰੱਖਿਆ, ਸਾਂਭ ਕੇ ਰੱਖਿਆ। ਸੰਭਾਲ ਲਿਆ, ਬਸ ਆ ਸੰਗਤਾਂ ਦੇ ਵਿੱਚ ਉਹਦਾ ਨਾਮ ਆਏ ਸੀ ਜਨ ਪਰ ਉਪਕਾਰ। ਬਹੁਤ ਕਿਤਨਾ ਨਾਮ ਬੀਜਿਆ, ਅਬ ਵੀ ਅਬ ਕਲੂ ਆਏ ਉਰੇ ਇੱਕ ਨਾਮ ਬੀਜ ਰਹੇ। ਪਰ ਸਮਾਂ ਸੰਗਤ ਆਪ ਸਭ ਆਇਓ ਬਹੁਤ ਪਿਆਰ ਦੇ ਨਾਲ, ਪਿਆਰ ਦਾ ਤੁਸੀਂ ਬਹੁਤ ਸਬੂਤ ਦਿੱਤਾ ਹੈ, ਸਾਥ ਦਿੱਤਾ ਹੈ। ਬੋਲਦਿਆਂ ਤੋਂ ਕੋਈ ਉੱਚਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਮਾਫ਼ ਕਰਿਓ, ਕਿਸੇ ਦੇ ਦੁੱਖਦਾਈ ਗੱਲ ਬੋਲ ਗਈ ਹੋਵੇ ਤਾਂ ਜਾਣੇ ਅਣਜਾਣੇ ਦੇ ਵਿੱਚ ਮੇਰੇ ਵਰਗੇ ਗਰੀਬ ਨੂੰ ਮਾਫ਼ ਕਰਿਓ। ਸੰਗਤ ਬਖਸ਼ਣ ਯੋਗ ਹੁੰਦੀ ਹੈ, ਪਰ ਲੰਗਰ ਭੰਡਾਰੇ ਅਤੁੱਟ ਵਰਤ ਰਹੇ ਨੇ। ਅਜੇ ਕੁਛ ਕੁ ਮੈਂ ਰੱਖ ਗਿਆ, ਹੁਣ ਇੱਧਰੋਂ ਪਾਰਕਿੰਗ ਦਾ ਵੀ ਚੱਲਣਾ, ਬਰਸ਼ੀ ਤੱਕ ਇਹ ਵੀ ਕਰ ਦੇਣਾ, ਹੋ ਜਾਣਾ ਸਾਰਾ। ਮੈਂ ਦਿਨ ਰਾਤ ਜੇ ਮੇਰੀ ਡਿਊਟੀ ਲਾਈ ਹੈ ਮਹਾਂਪੁਰਖ ਨੇ, ਮੈਨੂੰ ਸੇਵਾ ਸੰਭਾਲ ਕੇ ਗਿਆ ਉਹ ਰੱਬ ਵਰਗਾ ਸਾਧੂ। ਮੈਂ ਰੱਬ ਵਰਗਾ ਕਹਿ ਦਿੰਦਾ, ਕੋਈ ਐਂ ਨਾ ਕਹਿ ਦੇਵੇ ਵੀ ਰੱਬ ਕਹਿਤਾ, ਕੋਈ ਫਰਕ ਤਾਂ ਹੈ ਨਹੀਂ ਸੀ। ਰੱਬ ਵਰਗਾ ਸਾਧੂ ਆਇਆ, ਮੈਨੂੰ ਮਾਣ ਦੇ ਗਿਆ, ਜਾਂਦੇ ਜਾਂਦੇ ਮੈਨੂੰ ਮਾਣ ਦੇ ਗਏ। ਕਹਿ ਗਏ ਸੀ ਕੈਸਟ ਦੇ ਵਿੱਚ, ਗੁਰਚਰਨ ਦਾਸ ਸਿੰਘ ਕਹਿ ਲਓ, ਉਹ ਮੁੱਖ ਸੇਵਾਦਾਰ ਮੁੱਖ ਮੁਖੀ ਆ, ਇੱਥੇ ਮੋਹਰ ਲਾ ਗਿਆ। ਹੋਰੇ ਦੇ ਉੱਪਰ ਦੀ ਕਿਵੇਂ ਕਹਿ ਕੇ ਜਾਂਦੇ ਹੁੰਦੇ ਨੇ ਸਾਧੂ, ਉਹਨਾਂ ਸਮਾਂ ਨਹੀਂ ਕਹਿੰਦੇ। ਹੋਰ ਨੂੰ ਨਾ ਕਹਿ ਕੇ ਵੀ ਰੋੜੀਆਲ ਸਾਹਿਬ ਦੀ ਸੇਵਾ ਮੈਂ ਫਲਾਨੇ ਨੂੰ ਸਮਾ ਗਿਆ, ਪਰ ਨਹੀਂ, ਇਹ ਕਰਮਾਂ ਦੇ ਵਿੱਚ ਹੁੰਦੀ ਹੈ। ਕਰਮ ਗਤ ਰੇਖਾ ਹੈ ਮਸਤਕ ਦੀ, ਮਸਤਕ ਦੀ ਰੇਖਾ ਹੈ। ਪਰ ਮੈਂ ਸੇਵਾਦਾਰ ਬਣ ਕੇ ਤੁਹਾਡੇ ਵਾਸਤੇ ਮੈਂ ਵੀ ਕੁਛ ਨਵਾਂ ਕੰਮ ਕਰਨ ਕਰਕੇ ਦਿਖਾਵਾਂ, ਮੈਂ ਨਿੱਤ ਨਵਾਂ। ਕੋਸ਼ਿਸ਼ ਤਾਂ ਬਹੁਤ ਹੁੰਦੀ ਹੈ, ਕਰੀਏ ਤੇਰੀ ਸੇਵਾ ਜੇ ਆਪ ਕਰਾਵੇਂ। ਤੂੰ ਹੁਣ ਧਾਰਨਾ ਦਾ ਸਮਾਂ ਆਨੰਦ, ਕਿਉਂਕਿ ਸਮਾਂ ਮੈਨੂੰ ਵੀ ਮੇਰਾ ਖਿਆਲ ਹੈ ਵੀ ਸਵਾ ਦੋ ਘੰਟੇ ਹੋ ਗਏ ਨੇ ਤੁਹਾਡੇ ਦਰਸ਼ਨ ਕਰਦਿਆਂ ਨੂੰ। ਔਰ ਗੁਰੂ ਸਾਹਿਬ ਦੇ, ਗੁਰੂ ਅਰਜਨ ਦੇਵ ਜੀਆਂ ਤੋਂ, ਮਹਾਰਾਜ ਤੋਂ, ਮੈਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ, ਫਿਰ ਪੰਜ ਪਿਆਰੇ, ਜਿਹੜਾ ਯਾਦ ਕਰੂਗਾ ਦਸ਼ਮੇਸ਼ ਪਿਤਾ ਕੀ ਕਹਿੰਦੇ ਨੇ, ਵਿੱਚ ਖਾਲਸੇ ਨਿਵਾਸ ਰਹਿੰਦਾ ਮੇਰਾ ਖਾਲਸਾ, ਬਾਬਾ ਖਾਲਸਾਈ ਮੇਰੋ ਰੂਪ ਹੈ। ਕਹਿੰਦੇ ਉਹਦੇ ਵਿੱਚ ਮੈਂ, ਗੁਰੂ ਸਾਹਿਬ ਕਹਿੰਦੇ ਵਿੱਚ ਖਾਲਸੇ ਨਿਵਾਸ। ਬਹੁਤ ਅੱਛਾ ਹੋਇਆ, ਸਮਾਂ ਠੀਕ ਹੋ ਗਿਆ, ਸੰਭਾਲਿਓ ਭਾਈ। ਵਿੱਚ ਖਾਲਸੇ, ਹੁਣ ਪੜ੍ਹਨ ਨੂੰ ਤਾਂ ਬਹੁਤ ਕੁਛ ਹੈ ਪਰ ਲੰਮਾ ਸਮਾਂ ਲੱਗ ਜਾਣਾ, ਇਹ ਪੰਧ ਦੂਰ ਹੈ।
ਪ੍ਰੇਮ ਸੁਰਾਹੀ ਪੀਤੀ ਮੈਂ ਇੱਕ ਦਿਨ ਪ੍ਰੇਮ ਸੁਰਾਹੀ ਪੀਤੀ ਪ੍ਰੇਮ ਸੁਰਾਹੀ ਪੀਤੀ ਬਾਬਾ ਪ੍ਰੇਮ ਸੁਰਾਹੀ ਪ੍ਰੇਮ ਸੁਰਾਹੀ ਪੀਤੀ ਪਾਗ ਸਾਡੇ ਲਿਖੀ ਫਕੀਰੀ ਪਾਗ ਮਾਰੇ ਲਿਖੀ ਫਕੀਰੀ ਪਾਗ ਮਸਤਕ ਦਾਲੀ ਤੀ ਪ੍ਰੇਮ ਸੁਰਾਹੀ ਪੀਤੀ ਸਾਡੇ ਲਿਖੀ ਫਕੀਰੀ ਮਸਤਕ ਧਰ ਲਈ ਤੀ ਬਾਬਾ
ਪਿਛਲਾ ਜਨਮ ਕਾਰਸ ਖੋਇਆ, ਪਿਛਲਾ ਜਨਮ ਕਾਰਸ ਖੋਇਆ, ਸਮਝ ਚਲ ਨੰਦ ਲਾਲਾ, ਸਮਝ ਚਲ ਨੰਦ ਲਾਲਾ ਆਗੇ, ਸਮਝ ਚਲ ਨੰਦ ਲਾਲਾ, ਸਮਝ ਚਲ ਨੰਦ ਲਾਲਾ ਆਗੇ, ਬਾਬਾ ਸਮਝ ਚਲੋ ਪਾਛੇ ਜੋ ਬੀਤੀ ਸੋ ਬੀਤੀ, ਜੋ ਬੀਤੀ ਸੋ ਬੀਤੀ, ਪਾਛੇ ਜੋ ਅੱਗੇ ਸਮਝ ਚਲੋ ਨੰਦ ਲਾਲਾ ਜੀ, ਸਮਝ ਚਲੋ ਨੰਦ ਲਾਲਾ ਜੀ, ਜਿਹੜਾ ਸਮਾਂ ਨਾ ਇਹ 'ਚ ਭਰਿਆ ਪਿਆ, ਮੈਨੂੰ ਇਹਦੀ ਜਿੰਨਾ ਤਾਂ ਪ੍ਰੇਮ ਪਾਇਆ ਸੰਤ ਜੀ ਮਹਾਰਾਜ ਸਿੱਧ ਸਰ ਛੋੜਾ ਸਾਹਿਬ ਵਾਲਿਆ, ਇਹਦੀ ਹੱਦ ਤਾਂ ਦੱਸ ਦੇ, ਮੈਨੂੰ ਹੱਦ ਦੱਸ ਦੇ, ਮੁੱਲ ਹੱਦ ਦੱਸ ਦੇ, ਮੁੱਲ ਕਾਨੂੰ ਹੱਦ ਪੁੱਛਦੇ, ਮਹਾਂਪੁਰਖਾਂ ਨੇ ਪੜ੍ਹਿਆ ਹੋਇਆ ਭਾਈ, ਮੈਂ ਵਾਰ ਵਾਰ ਕਹਿੰਦਾ ਸੰਗਤ ਪਤਾ ਕਿਵੇਂ ਆਈ ਹੈ, ਕਿਵੇਂ ਪ੍ਰੇਮ ਪਾਇਆ ਸਾਰਿਆਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਧਰ ਨੂੰ ਕਰ, ਆ ਸਾਡੇ ਠੇਕੇਦਾਰ ਸਾਹਿਬ ਬੈਠੇ ਨੇ, ਨੀ ਨੀ ਭਾਈ ਇਹਨਾਂ ਜ਼ਰੂਰ ਦਿਖਾ ਦੇ, ਬਾਹਰ ਬੈਠੇ ਨੇ ਸੁਖਦੀਪ ਸਿਉਣੀ ਸਾਰੇ, ਥਾਣੇਦਾਰਾਂ ਦਾ ਲੰਗਰ ਇੱਧਰ ਚੱਲਦਾ ਪਰਲੇ ਪਾਸੇ, ਥਾਣੇਦਾਰ ਸਾਹਿਬ ਸਾਡੇ, ਹੋਰ ਵੀ ਮੈਂ ਭੁੱਲਿਆ ਵਾ ਹੋਊਂਗਾ ਹੁਣ, ਕਿਹੜਾ ਪਤਾ ਲੱਗਦਾ ਵੀ ਕਿੱਥੇ ਕਿਹਨੇ, ਐਂ ਚੱਲ ਰਿਹਾ ਪ੍ਰੇਮ ਦੀਆਂ ਨਦੀਆਂ, ਖੀਰਾਂ ਦੇ ਲੰਗਰ ਬਦਾਮ ਕਾਜੂ ਵਿੱਚ ਪਾ ਕੇ ਸਾਡੇ ਸਰਪੰਚ ਸਾਹਿਬ ਬੈਠੇ ਨੇ, ਰੋਣ ਵਾਲੇ ਇਸੇ ਗੱਲ ਦੀ ਹੈ, ਮੈਨੂੰ ਹੱਦ ਦੱਸ ਦੇ, ਮੈਂ ਉੱਧਰ ਨਹੀਂ ਪੜ੍ਹਦਾ ਮਨਸੂਰ ਵਾਲੀ,
ਤੇ ਸੰਗਤਾਂ ਚ ਪਾਏ ਪਿਆਰ ਦੀ ਮੈਨੂੰ ਆਹੀ ਧਾਰਨਾ ਪੜੂੰਗਾ ਹੁਣ ਫਿਰ ਇੰਨਾ ਕਿਉਂਕਿ ਬਿਠਾਈ ਬਿਠਾ ਇੱਕੋ ਇੱਕ ਕਰੀ ਜਾਂਦਾ ਇੱਕੋ ਇੱਕ ਗਾਹਾਂ ਤੁਰੀ ਜਾਂਦਾ ਕਿਉਂ ਡਾਕਟਰ ਸਾਹਿਬ ਬਾਹਰਲੇ ਦੇਸ਼ਾਂ 'ਚ ਵੀ ਘੁੰਮਿਆ ਇਹ ਕੰਮ ਉਹੀ ਸੀ ਰੋੜੇ ਵਾਲੇ ਸੰਤਾਂ ਦਾ ਰੋੜੇ ਵਾਲਾ ਕੰਮ ਆਇਆ ਬਰਾਗ ਕੀ ਕਹਿੰਦੇ ਸੀ ਮੈਨੂੰ ਹੱਦ ਦੱਸ ਦੇ ਮੈਨੂੰ ਹੱਦ ਦੱਸ ਦੇ ਹੱਦ ਦੱਸ ਦੇ ਹੱਦ ਦੱਸ ਦੇ ਮੈਨੂੰ ਹੱਦ ਦੱਸ ਦੇ ਮੈਨੂੰ ਹੱਦ ਦੱਸ ਦੇ ਮੈਨੂੰ ਹੱਦ ਦੱਸ ਦੇ ਬਾਬਾ ਹੱਦ ਵੱਧ ਦੱਸ ਦੇ ਮੁੱਲ ਵੱਧ ਦੱਸ ਦੇ ਮੁੱਲ ਵੱਧ ਦੱਸ ਦੇ ਮੁੱਲ ਵੱਧ ਦੱਸ ਦੇ ਮੁੱਲ ਹੱਦ ਦੱਸ ਦੇ ਮੈਨੂੰ ਹੱਦ ਦੱਸ ਜਾ ਮੈਨੂੰ ਹੱਦ ਦੱਸ ਦੇ ਦੱਸ ਦੇ ਤੇਰੇ ਪ੍ਰੇਮ ਵਾਲੀ ਮੈਨੂੰ ਹੱਦ ਦੱਸ ਦੇ ਤੇਰੇ
ਬੜੀ ਦੂਰ ਹੈ ਹੁਣ ਜੰਗਾਂ ਯੁੱਧਾਂ ਤੱਕ ਵੀ ਕੀ ਲੈਣਾ ਮਨਸੂਰਾ ਇਸ਼ਕ ਦੀ ਹੱਦ ਪੁੱਛ ਕੇ ਗਰਦਨ ਕਟਵਾਉਣੀ ਪੈਂਦੀ ਸੂਲੀ 'ਤੇ ਚੜ੍ਹਨਾ ਪੈਂਦਾ ਉਹ ਪੱਥਰ ਵੀ ਲੋਕ ਮਾਰਦੇ ਕਾਫਰ ਕਹਾਉਣਾ ਪੈਂਦਾ ਉਹ ਕੀ ਲੈਣਾ ਛੱਡ ਪਰਾਂ ਖੇਣਾ ਗੱਜ ਵੱਜ ਕੇ ਬੜੇ ਪਿਆਰ ਸਹਿਤ ਆਨੰਦ ਸਾਹਿਬ ਦੇ ਵਿੱਚ ਸਾਥ ਦਿਓ ਸੁਣਦਾ ਹੁਣ ਸੁਰ ਕਰਦਾ ਤੇ ਮੈਨੂੰ ਐਂ ਤੀ ਵੀ ਗਾਹਾਂ ਫੇਰ ਤੋਰਦਾ ਮੈਂ ਚੜ੍ਹਲਾ ਹੋਰ ਵੀ ਅਸੀਂ ਦੋਏ ਤਿਆਰ ਹੈ
ਸਤਿਗੁਰ ਸਿਓ ਸਵੇਰੇ ਪੜ੍ਹਦਾ ਮੈਨੂੰ ਯਾਦ ਆ ਗਿਆ ਲੋਰ ਆ ਜਾਂਦੀ ਆਨੰਦ ਸਾਹਿਬ ਦੇ ਵਿੱਚ ਸਾਥ ਦਿਓ ਸੰਗਤ ਖੁਸ਼ੀਆਂ ਨੇ ਵਧਾਈਆਂ ਨੇ ਅੱਜ ਉੱਧਰ ਲਾਈਕ ਧਾਰਨਾ ਤਾਂ ਭੁੱਲੇ ਗਿਆ ਤੀ ਮੈਂ ਜਿਹੜੀ ਪੜ੍ਹਨ ਵਾਲੀ ਤੀ ਉਹ ਤਾਂ ਇੱਕ ਪੜ੍ਹ ਲਈਏ ਬਾਈ ਜਿਹੜਾ ਥੱਕ ਗਿਆ ਮਗਰ ਦੀ ਲੰਘ ਜਿਓ ਹੈ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਐ ਪੰਥ ਖਾਲਸਾ ਚੜ੍ਹਦੀ ਕਲਾ ਰਹੇ ਨਿਤ ਤੇਰੀ ਬਾਬਾ ਖਾਲਸਾ ਜੀ ਹੈ ਪੰਥ ਖਾਲਸਾ ਜੀ ਹਾਂ ਪੰਥ ਖਾਲਸਾ ਜੀ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਕਲਾ ਰਹੇ ਨਿਤ ਤੇਰੀ ਚੜ੍ਹਦੀ ਐ ਸੰਤ ਖਾਲਸਾ ਜੀ ਹਾਂ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਉੱਥੇ ਆ ਗਿਆ ਸਮਾਂ ਟਾਈਮ ਪੌਣੇ ਤਿੰਨ ਦੇ ਨੇੜੇ ਲੱਗ ਚੁੱਕਿਆ ਖੁਸ਼ੀਆਂ ਹੋਈਆਂ ਨੇ ਬਹੁਤ ਅੱਛਾ ਹਾਜ਼ਰੀਆਂ ਭਰੀਆਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਓਟ ਆਸਰਾ ਲੈ ਕੇ ਮੈਂ ਪਹਿਲਾਂ ਵੀ ਬੋਲਿਆ ਕੁਛ ਬੋਲਿਆ ਗਿਆ ਹੋਵੇ ਤਾਂ ਮਾਫ ਕਰੇ ਹੁਣ
ਸਾਥ ਦਿਓ। ਇਹ ਪਹਿਲੀ ਇਹੋ ਜੀ ਮਾਲਕ ਸੰਭਾ ਕੇ ਗਿਆ, ਮਿੱਠੀ ਉਹ ਮਿੱਠੀ ਹੈ। ਰਾਮ ਕਲੀ ਸੰਗਤ 18 ਤਰੀਕ ਦੀ ਦਸਵੀਂ ਹੈ, ਸੁਦੀ ਦਸਵੀਂ। ਸਭ ਨੇ ਪਹੁੰਚਣੇ, ਦਰਸ਼ਨ ਦੇਣੇ ਨੇ। ਮੈਂ ਸਾਧੂ ਸੰਤਾਂ ਨੂੰ, ਜਥਿਆਂ ਨੂੰ, ਮਹੰਤਾਂ ਨੂੰ, ਮਹਾਂਪੁਰਸ਼ਾਂ ਨੂੰ, ਗਿਆਨੀ ਲੋਕਾਂ ਨੂੰ, ਵਿਦਵਾਨਾਂ ਨੂੰ, ਸਭ ਨੂੰ ਬੇਨਤੀ ਕਰਦਾ, ਆਇਆ ਕਰੋ ਭਾਈ। ਇਸ ਸੰਗਤ ਵਾਸਤੇ ਵੀ ਸਾਰਾ ਤਿਆਰ ਹੋ ਰਿਹਾ। ਅੱਜ ਜਿਹੜੀ ਡੈਕੋਰੇਸ਼ਨ ਬਣਾਈ ਹੈ, ਆ ਲਾਈ ਹੈ, ਅਸੀਂ ਤਾਂ ਹਾਰ ਟੰਗ ਦਿੱਤੇ ਸੀ ਬੀਬੀਆਂ ਦੇ ਨਾਲ ਲੱਗ ਕੇ। ਮੈਂ ਕਿਹਾ ਹੁਣ ਮੈਂ ਵੀ ਇਹਨੂੰ ਕਿੱਥੋਂ ਲਾਈ ਜਾਵਾਂ। ਰੋਜ਼ ਜਿੰਨਾ ਕੁ ਆਉਂਦਾ ਉਨਾ ਕੁ ਲੱਗ ਜਾਂਦਾ। ਖੰਡ ਪਾਠ ਸਾਹਿਬ ਦਾ ਵੀ ਭੋਗ ਪਿਆ ਸਵੇਰੇ, ਭਾਈ ਗੁਰਦੀਪ ਸਿਓਂ ਉਹਨਾਂ ਦੇ ਘਰੋਂ, ਬੀਬੀ ਲੜਕੀ ਗੁਰਵਿੰਦਰ ਕੌਰ ਆਦਮਪੁਰ ਤੋਂ, ਉਹਨਾਂ ਨੇ ਆਹ ਡੈਕੋਰੇਸ਼ਨ ਸਾਰੀ ਕਰਵਾਈ ਹੈ। ਅਗਲੀ ਵਾਰੀ ਕਹਿੰਦੇ ਮਹਾਂਪੁਰਖਾਂ ਦੀ ਵਰਸ਼ੀ ਆਓ, ਉਹ ਫਿਰ ਸਾਨੂੰ ਸੁਮਾ ਦਿਓ। ਆਹ ਸਾਰੀ ਉਹਨਾਂ ਨੇ ਡੈਕੋਰੇਸ਼ਨ ਦਾ। ਅੱਛਾ, ਸੇਵਾ ਕਰੋਗੇ ਤਾਂ ਫਲ ਮਿਲੂਗਾ। ਜੈ ਗੋਪਾਲ। ਗੋਪਾਲ ਮੋਚਨ ਤੋਂ ਵੀ ਆਏ ਹੋਏ ਨੇ, ਆਓ ਬੈਠੇ ਨੇ। ਬੜੀ ਦੂਰ ਤੋਂ ਹਰਿਆਣੇ ਚੋਂ, ਉੱਧਰ ਰਾਜਸਥਾਨ ਚੋਂ ਲੜਕਾ ਇੱਥੇ ਨੌਜਵਾਨ ਆ, ਓਮਵੀਰ, ਉਗਰਾਹੀ ਵੀ ਕਰਾਉਂਦਾ ਹੁੰਦਾ, ਇਹਦਾ ਪਿੰਡ ਆਇਆ ਵੱਧ ਤੋਂ ਵੱਧ। ਹਰਿਆਣੇ 'ਚ ਪੈ ਗਿਆ, ਅੰਬਾਲੇ ਤੋਂ ਚਲੇ ਜਾਈਏ ਅਸੀਂ। ਅਜੇ ਹੋਰ ਵੀ ਭੁੱਲ ਗਿਆ ਹੋਊਗਾ ਮੈਂ ਜੀ। ਹੈਂਜੀ, ਉਹ ਤਾਂ ਮੈਂ ਬੋਲ ਗਿਆ ਧਨਾਣੇ ਦਾ, ਤਾਂ ਜੇ ਕਿਸੇ ਦਾ ਲੰਗਰ ਰਹਿ ਗਿਆ ਭੰਡਾਰਾ, ਉਹ ਮੈਨੂੰ ਬੋਲ ਦਿਓ। ਠੇਕੇਦਾਰ ਸਾਹਿਬ ਤਾਂ ਸਦਾ ਹੀ ਕਰਦੇ ਰਹਿੰਦੇ ਨੇ, ਇਹਨਾਂ ਦਾ ਤਾਂ ਹੱਦ ਤੋਂ ਹੀ ਉੱਪਰ ਦੀ ਹੈ। ਇੱਕ ਜੇ ਫਿਰ ਇਹੋ ਜਿਹੀ ਗੱਲ ਹੁੰਦੀ ਹੈ, ਠੇਕੇਦਾਰ ਸਾਹਿਬ ਨੂੰ ਕਹਿ ਦਿੰਦਾ, ਜਾਂ ਫਿਰ ਮੈਂ ਸਰਪੰਚ ਨੂੰ ਕਹਿਣਾ ਹੁੰਦਾ, ਉਹ ਵੀ ਬਸ ਕੰਨਾਂ ਜਦੇ ਇਹ ਐਂ ਲਾ ਲੈਂਦੇ ਨੇ। ਇੱਕ ਸੁਖਦੀਪ ਸਿੰਘ ਬਾਹਰ ਚਲਿਆ ਗਿਆ, 2 ਕੁਇੰਟਲ ਤੋਂ ਵੱਧ ਐਂ ਵੰਡਿਆ ਗਿਆ। ਮੈਂ ਜੇ 2 ਹੋਰ ਭੇਜ ਦਿੰਦਾ ਤਾਂ ਅਗਲੀ ਵਾਰੀ ਸਹੀ 4 ਹੋ ਜੂ, ਫਿਰ ਕਿਤੇ ਸੰਗਤ ਨੂੰ ਠੱਲ ਪਊਗੀ। ਕਿਤੇ ਦਿਲ ਕਰਦਾ ਹੁੰਦਾ ਜਾਣ ਨੂੰ, ਹਰਾ ਭਰਾ ਬਾਗ ਛੱਡ ਕੇ ਕੌਣ ਜਾਂਦਾ। ਚੜ ਭਰਤ ਰਿਸ਼ੀ ਵਾਂਗ ਕਿਤੇ ਮੈਂ ਕਹੂੰ ਸੌਖੇ ਨਹੀਂ ਰੱਖਣੇ ਅਵਧੂਤ,
ਥਾਣੇਦਾਰ ਨੂੰ ਪਤਾ ਸਾਡੇ ਇੱਥੇ ਨੇ, ਬਾਟ ਨੂੰ ਪਤਾ, ਲੈ ਕੇ ਗਏ ਰੋਸ਼ਨੀ, ਤੁਹਾਡੀ ਅੱਖਾਂ ਦੀ ਰੋਸ਼ਨੀ ਬਰਾਬਰ ਪੈਣਾ ਪੈ ਗਿਆ। ਡਾਕਟਰ ਮੇਰੀ ਵੀ ਅੱਖ 'ਚ ਪਾ ਲੈ, ਫਿਰ ਪਾਉਣੇ ਇੱਧਰ, ਅਸੀਂ ਦਵਾਈ ਉਹ ਪਾ ਕੇ ਆਏ ਹਾਂ, ਮੇਰੇ ਬਰਾਬਰ ਪੈ। ਵਾਹ ਵਾਹ, ਕਿਤੇ ਸੌਖੇ ਨਹੀਂ ਇਹ, ਰੱਬ ਵਰਗੀਆਂ ਰੂਹਾਂ ਨਾਲ ਤੁਰੀਆਂ ਫਿਰਦੀਆਂ ਹੋਣ। ਤਾਂ ਤੇ ਕਿਹਾ ਗਿਆ ਉਹ ਮਹਾਂਪੁਰਖ ਸਿਓੜੇ ਵਾਲੇ ਸੰਤਾਂ ਦੇ, ਜਿਨ੍ਹਾਂ ਦੀ ਮਾਇਆ ਦਾਸੀ ਬਣ ਕੇ ਕਾਰ ਕਮਾਵੇ ਮੇਰੇ ਦਸਿੱਧ। ਹੌਲੀ ਜੇ ਬੋਲਿਓ, ਨਹੀਂ ਮੈਂ ਪੜ ਵੀ ਦਿੰਦਾ। ਹੰਗਾਰਾ ਤਾਂ ਨਹੀਂ ਆਇਆ? ਕਹਿੰਦੇ ਨੇ ਹੁਣ ਛੱਡ ਦੇ, ਥੱਕ ਗਏ ਆਖ ਗਏ ਥੱਕ। ਮੈਂ ਵੈਸੇ ਹੀ ਪੜ ਗਿਆ, ਰਿੱਧ ਸਿੱਧ ਜੀ ਉੱਥੇ ਪਹਿਰੇ ਦਿੰਦੀਆਂ ਨੇ ਗੋਲੀਆਂ। ਬਈ ਮਾਇਆ ਦਾਸੀ ਬਣ ਕਾਰ ਕਮਾਵੇ, ਮਾਇਆ ਦਾਸੀ ਬਣ ਕੇ ਕਾਰ ਕਮਾਵੇ, ਬਣ ਕੇ ਕਾਰ ਕਮਾਵੇ, ਰਿੱਧ ਸਿੱਧ ਹੋਣ ਦੁਨੀਆਂ ਮਾਇਆ ਦਾਸੀ ਬਣ ਕਾਰ ਕਮਾਵੇ, ਰਿੱਧ ਸਿੱਧ ਹੋਣ ਦੁਨੀਆਂ ਮਾਇਆ ਪਿਆਰੇ ਜੀ, ਰਿੱਧ ਸਿੱਧ ਹੋਣ ਗੋਲੀਆਂ ਮੇਰੇ ਪਿਆਰੇ, ਰਿੱਧ ਸਿੱਧ ਹੋਣ ਗੋਲੀਆਂ, ਦਾਸੀ ਬਣ ਕੇ ਕਾਰ ਕਮਾਵੇ ਜੀ, ਭਗਤਾਂ ਦੀ ਕਾਰ ਕਮਾਵੇ, ਰਿੱਧ ਸਿੱਧ ਹੋਣ ਗੋਲੀਆਂ ਮਾਇਆ ਦਾਸੀ ਬਣ ਕਾਰ ਕਮਾਵੇ, ਰਿੱਧ ਸਿੱਧ ਹੋਣ ਗੋਲੀਆਂ ਮਾਇਆ
ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਗੱਜ ਕੇ ਭਾਈ ਰਾਗ ਰਤਨ ਪਰ ਗੱਜ ਕੇ ਕਰੇ ਤੇਰਾ ਕਾਰਜ ਸਭ ਸੁਆਰਨਾ ਗੱਜ ਕੇ ਭਾਈ ਸਾਚੇ ਸਾਹਿਬਾ ਜਿਨ ਕੈ ਮਨ ਵਸਿਆ ਬਾਜੇਸ਼ਮ ਸਦਾ ਕੁਰਬਾਨ ਕੀਤਾ ਗੁਰ ਬਾਜੇ ਓ ਪੰਜ ਤੁਦ ਵਸ ਕੀਤੇ ਕਾਲ ਨਾਨਕ ਤੈ ਸੁਖ ਹੋਆ ਤਿਤ ਆਨੰਦ ਸੁਣੋ ਸੰਤ ਸਾਜਨ ਪਏ ਸਰਸੇ ਪੂਰੇ ਗੁਰਦੇ ਬਿਨਵੰਤ ਨਾਨਕ ਗੁਰ ਸਲੋਕ ਸੰਤ ਜਨਾ ਮਿਲ ਹਰ
ਸਰਬ ਸੁਖ ਹਰ ਨਾਮ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਠਾਕੁਰ ਤੁਮ ਪੈ ਅਰਦਾਸ ਜਿਉ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਤੁਦ ਆਗੈ ਅਰਦਾਸ ਕਹੋ ਨਾਨਕ ਸਾਹਿਬ ਮੇਰਾ ਵਾਹਿਗੁਰੂ 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 ਸਾਹਿਬ ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕ ਵਿਘਨ ਕੂ ਲਾਗੈ ਜਾਖੀ ਪ੍ਰਵਾ ਗਿਆ ਅਰਦਾਸ ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਆਪ ਜੀਆਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਆਂਡ ਡਿਠ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ
ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸਾਂ ਬੇਨਤੀਆਂ ਜੋਦੜੀਆਂ ਹਨ ਮਹਾਰਾਜ ਜੀ ਆਪ ਜੀਆਂ ਦੀ ਕਿਰਪਾ ਦਾ ਸਦਕਾ ਆਪ ਜੀਆਂ ਦੇ ਤਪ ਸਥਾਨ ਪ੍ਰਾਚੀਨ ਉਦਾਸੀਨ ਡੇਰਾ ਫਕੀਰੋਂ ਕੇ ਬਖਸ਼ਿਸ਼ੇ ਧਰਤੀ ਗੁਫਾ ਸਰ ਸਾਹਿਬ ਵਿਖੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹਿਆ ਸਵਾਉ ਜਨ ਕਹਿ ਸੰਗ ਚਿਤਾਵੈ ਨਾਉ ਦੇ ਮਹਾਂਵਾਕ ਅਨੁਸਾਰ ਮਹਾਰਾਜ ਜੀਓ ਖਾਲਸਾ ਪੰਥ ਸਾਜਨਾ ਦਿਵਸ ਤੇ ਸ਼੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀਆਂ ਦੇ 86ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਮਹਾਰਾਜ ਜੀਓ ਮੌਜੂਦਾ ਗਦੀਨਸ਼ੀਨ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਜਿਹੜੇ ਸੇਵਕ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਹੋਈ ਹੈ ਮਹਾਰਾਜ ਜੀਓ ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਸੇਵਾ ਆਪ ਜੀਆਂ ਦੇ ਦਰ ਘਰ ਦੇ ਸੇਵਕ ਕਾਕਾ ਹਰਨਵ ਕਵਰ ਸਿੰਘ ਬੇਟੀ ਹਰਨਾਜ ਕੌਰ ਪੁੱਤਰ ਪੁੱਤਰੀ ਸਰਦਾਰ ਸੁਖਚੈਨ ਸਿੰਘ ਬੀਬੀ ਇਬਾਦਤ ਕੌਰ ਬੀਬੀ ਕੁਲਦੀਪ ਕੌਰ ਪਤਨੀ ਠੇਕੇਦਾਰ ਸਾਹਿਬ ਸਰਦਾਰ ਜਤਿੰਦਰ ਸਿੰਘ ਸੋਮਲ ਸਮੂਹ ਸੋਮਲ ਪਰਿਵਾਰ ਕਨੇਡਾ ਲੁਧਿਆਣੇ ਤੋਂ ਮਹਾਰਾਜ ਜੀਓ ਸ਼੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਸੇਵਾ ਹੋਈ ਹੈ ਮਹਾਰਾਜ ਜੀਓ ਕਿਰਪਾ ਕਰਨੀ ਪਰਿਵਾਰ ਨੂੰ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਣੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ ਕਾਕਾ ਮਨਪ੍ਰੀਤ ਸਿੰਘ ਪੁੱਤਰ ਸਰਦਾਰ ਸੁਖਦੀਪ ਸਿੰਘ ਟੋਡਰ ਮਾਜਰਾ ਪੰਚ ਦੂਖ ਨਿਵਾਰ ਸਰ ਸਰੋਵਰ ਦੀ ਸੇਵਾ ਵਾਲੇ ਸਮੂਹ ਸੇਵਕ ਪਰਿਵਾਰ ਵੱਲੋਂ ਬੀਬੀ ਗੁਰਵਿੰਦਰ ਕੌਰ ਪਤਨੀ ਸਰਦਾਰ ਗੁਰਦੀਪ ਸਿੰਘ ਸਿੱਧੂ ਆਦਮਪੁਰ ਤੋਂ ਕਾਕਾ ਮਨਿੰਦਰ ਸਿੰਘ ਪੁੱਤਰ ਜਥੇਦਾਰ ਸਾਹਿਬ ਸਰਦਾਰ ਅਮਰਜੀਤ ਸਿੰਘ ਲੰਗ ਇੰਗਲੈਂਡ ਤੋਂ ਬੇਟੀ ਸਿਮਰਨਜੀਤ ਕੌਰ ਸਮੂਹ ਪਰਿਵਾਰ ਪਟਿਆਲੇ ਵੱਲੋਂ ਕੈਨੇਡਾ ਵੱਲੋਂ ਮਹਾਰਾਜ ਜੀ ਸੁਖਪੁਰੀ ਹੋਣ ਦੀ ਖੁਸ਼ੀ ਨੂੰ ਆਪ ਜੀ ਦੇ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੋਈ ਹੈ ਕਾਕਾ ਦਵਿੰਦਰ ਸਿੰਘ ਪੁੱਤਰ ਸਰਦਾਰ ਦਲਵਾਰਾ ਸਿੰਘ ਸਰਹਾਣੇ ਤੋਂ ਬੇਟੀ ਹਰਮੇਹਰ ਕੌਰ ਬੀਬੀ ਰੁਪਿੰਦਰ ਕੌਰ ਅਮਰੀਕਾ ਤੋਂ ਕਾਕਾ ਅਵੈ ਪ੍ਰਤਾਪ ਸਿੰਘ ਬੇਟੀ ਅਵਨੀਤ ਕੌਰ ਬੀਬੀ ਕੁਲਜੀਤ ਕੌਰ ਪਤਨੀ ਸਰਪੰਚ ਸਾਹਿਬ ਸਰਦਾਰ ਬਲਵਿੰਦਰ ਸਿੰਘ ਰੋੜੇਵਾਲ ਸਾਹਿਬ ਨੰਬਰਦਾਰ ਸਰਦਾਰ ਜਗਤਾਰ ਸਿੰਘ ਉਹਨਾਂ ਦੇ ਭਤੀਜਾ ਕਾਕਾ ਨਵਜੋਤ ਸਿੰਘ ਰੋੜੇਵਾਲ ਸਾਹਿਬ ਕੈਨੇਡਾ ਤੋਂ ਚਮਕੌਰ ਸਿੰਘ ਮਲੌਦ ਰੋੜੀਆਂ ਕੈਨੇਡਾ ਜਸਵੀਰ ਸਿੰਘ ਪੁੱਤਰ ਸਰਦਾਰ ਹਰਜਿੰਦਰ ਸਿੰਘ ਸਰਾਣਾ ਕੈਨੇਡਾ ਬੀਬੀ ਨਵਦੀਪ ਕੌਰ ਪਤਨੀ ਸਰਦਾਰ ਮਹਿੰਦਰ ਸਿੰਘ ਬੰਟੀ ਭਾਦਲੇ ਤੋਂ ਬੀਬੀ ਹਰਵੀਰ ਇੰਦਰ ਕੌਰ ਪਤਨੀ ਸਵਰਗੀ ਸਰਦਾਰ ਹਰਵੰਤ ਸਿੰਘ ਗਿੱਲ ਜਸਗੌਰਵ ਸਿੰਘ ਜਸਮੀਨ ਕੌਰ ਉਹਨਾਂ ਦੀ ਸਪੁੱਤਰੀ ਬੇਟੀ ਗੁਰਰਹਿਮਤ ਕੌਰ ਸਮੂਹ ਗਿੱਲ ਪਰਿਵਾਰ ਜਰਮਨ ਨਵਾਂਸ਼ਹਿਰ ਤੋਂ ਜਥੇਦਾਰ ਬੰਤ ਸਿੰਘ ਜਲਾਲਪੁਰ ਤੋਂ ਕਰਨਵੀਰ ਸਿੰਘ ਪੁੱਤਰ ਸਰਦਾਰ ਗੁਰਦੀਪ ਸਿੰਘ ਕੈਨੇਡਾ ਤੰਗਰਾਲੇ ਤੋਂ ਦਲੀਪ ਸਿੰਘ ਪੁੱਤਰ ਸਰਦਾਰ ਰਾਮ ਸਿੰਘ ਬਟਾਰੀ ਅਮਰੀਕਾ ਤੋਂ ਸਰਦਾਰ ਕੁਲਦੀਪ ਸਿੰਘ ਕੈਨੇਡੀਅਨ ਪਰਿਵਾਰ ਕੰਗਣਵਾਲ ਤੋਂ ਗੁਰਦੀਪ ਸਿੰਘ ਬੀਬੀ ਗੁਰਦੀਪ ਕੌਰ ਪਿੰਡ ਰਾਮਗੜ੍ਹ ਛੰਨਾ ਤੋਂ ਕਾਕਾ ਸਫਲ ਦਰਸ਼ਨਜੀਤ ਸਿੰਘ ਪੁੱਤਰ ਸਰਦਾਰ ਕਮਲਜੀਤ ਸਿੰਘ ਸਰਹਾਣੇ ਤੋਂ ਕਾਕਾ ਤੀਰਥ ਸਿੰਘ ਪੁੱਤਰ ਸਰਦਾਰ ਸ਼ਮਸ਼ੇਰ ਸਿੰਘ ਗੁੱਗਾ ਭਾਗੋ ਮਾਜਰਾ ਕੈਨੇਡਾ ਤੋਂ ਸਰਦਾਰ ਕਿਰਪਾਲ ਸਿੰਘ ਕੈਨੇਡਾ ਮਲੇਰਕੋਟਲਾ ਤੋਂ ਮਹਾਰਾਜ ਜੀ ਉਹ ਤਿੰਨ ਝੂਮਰਾਂ ਦੀ ਸੇਵਾ ਜਥੇਦਾਰ ਅਨੂਪ ਸਿੰਘ ਭਾਗੋ ਮਾਜਰੇ ਤੋਂ ਹੋਈ ਹੈ ਮਹਾਰਾਜ ਜੀ ਉਹ ਲੰਗਰਾਂ ਵਾਸਤੇ ਦੁੱਧਾਂ ਦੀ ਸੇਵਾ ਮਹਾਰਾਜ ਜੀ ਰੋਣੋ ਨਗਰ ਦੀਆਂ ਸੰਗਤਾਂ ਵੱਲੋਂ ਮਹਾਰਾਜ ਜੀ ਚੌਂਦਾ ਸਰਕਲ ਚੌਂਦਾ ਚੰਡੀਗੜ੍ਹ ਦੀਆਂ ਸੰਗਤਾਂ ਵੱਲੋਂ ਹੋਈ ਹੈ ਕਿਰਪਾ ਕਰਨੀ ਮਹਾਰਾਜ ਜੀ ਉਹ ਸਮੂਹ ਸੇਵਕ ਪਰਿਵਾਰਾਂ ਦੇ ਕਾਰਜ ਰਾਸ ਕਰਨੇ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਣੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਏ ਗਏ ਸਜੇ ਦੀਵਾਨਾਂ ਵਿੱਚ ਗੁਫਾ ਸਰ ਸਾਹਿਬ ਦੇ ਗੱਦੀ ਨਿਸ਼ਨ ਮਹਾਂਪੁਰਖਾਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ ਮਹਾਂਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਹਰ ਬਾਏ ਹਰ ਦਾਏ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ ਮਹਾਰਾਜ ਜੀ ਦੀਰਘਾਜੂ ਬਖਸ਼ਣੀ ਕੀਰਤਨੀ ਸਿੰਘਾਂ ਪਾਸੋਂ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਗਈਆਂ ਹਨ ਹਾਜ਼ਰੀਆਂ ਪ੍ਰਵਾਨ ਕਰਨੀਆਂ ਜਿਹੜੀਆਂ ਸੰਗਤਾਂ ਨੇ ਆਪ ਜੀਆਂ ਦੇ ਸਥਾਨਾਂ 'ਤੇ ਮਹਾਰਾਜ ਜੀ ਤਿੰਨੇ ਦਿਨ ਤਨ ਮਨ ਧੰਨ ਦੇ ਨਾਲ ਸੇਵਾਵਾਂ ਕੀਤੀਆਂ ਸੇਵਾਵਾਂ ਮਨਜ਼ੂਰ ਕਰਨੀਆਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਆਪ ਜੀਆਂ ਦੀ ਹਜ਼ੂਰੀ ਵਿੱਚ
ਪੰਚਾਂ ਅੰਮ੍ਰਿਤ ਕੜਾਹ ਪ੍ਰਸ਼ਾਦੀਆਂ ਦੇ ਗਾਂ ਹਾਜ਼ਰ ਹਨ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਲੱਗਿਆ ਸ਼ੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨਾ ਨਗਰ ਖੇੜੇ ਸੁੱਖ ਸ਼ਾਂਤੀਆਂ ਵਰਤਾਉਣੀਆਂ ਸਥਾਨਾਂ ਦੀਆਂ ਦਿਨ ਦੁੱਗਣੀਆਂ ਰਾਹ ਚੌਕਣੀਆਂ ਤਰੱਕੀਆਂ ਬਖਸ਼ਣੀਆਂ ਕਰੋ ਕਿਰਪਾ ਮਹਾਰਾਜ ਜੀਓ। ਨਿਹਾਲ ਤਾਈਆਂ ਦੇ ਹੁਕਮਨਾਮੇ ਸਹਿ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਸੋ ਕੋ ਟਲ ਗੁਰ ਸੇਵੀਆ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਸੱਜਣ ਸੱਚਾ ਪਾਤ ਸਾਹੋ ਸਿਰਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ। ਪ੍ਰਭ ਕੀ ਕਥ ਕਹਾਣੀ ਜਨ ਭੁੱਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ। ਪ੍ਰਭ ਕੀ ਕਥ ਕਹਾਣੀ ਜਨ ਭੁੱਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਤਸੰਗਤ, ਕਿਉਂਕਿ ਮੈਂ ਫਿਰ ਮੈਕ ਲੈ ਲਿਆ, ਸਮਾਂ ਹੀ ਕੋਈ ਐਸਾ ਚੱਲਦਾ ਇਹਦੇ ਵਿੱਚ ਜੇ ਆਪੇ ਹੀ ਬੋਲ ਜਾਣ ਤਾਂ ਚੰਗੀ ਗੱਲ ਹੁੰਦੀ ਹੈ। ਸਟੇਜਾਂ ਹੁੰਦੀਆਂ ਨੇ, ਇਹ ਇੱਕ ਤਾਂ ਇਹ ਸੰਤਾਂ ਦੀ ਸਟੇਜ ਹੈ, ਦੂਜੀ ਇਹ ਹੰਸਾਂ ਦੀ ਸਟੇਜ ਹੈ। ਹੰਸ ਕੀਰਤਨੀ ਹੈ, ਸੰਤ ਆਉਂਦੇ ਨੇ, ਹੰਸ ਆਉਂਦੇ ਨੇ, ਸਾਜੀ ਨੇ। ਇਹ ਫਕੀਰਾਂ ਦੀ ਜਿੱਥੇ ਕੁ ਮੈਂ ਬੈਠਾ ਇੱਥੇ ਕੁ ਜੇ ਇੱਥੇ ਵਾਰਬਕ ਸ਼ੀਸ਼ਾਂ ਬਾਬਾ ਵੀਰ ਅਮਦਾਸ ਜੀ ਦੀਆਂ ਦਿੱਤੀਆਂ ਹੋਈਆਂ,
ਇੱਥੇ ਔਰ ਬਾਬਾ ਪੂਰਨ ਦਾਸ ਜੀਆਂ ਨੂੰ ਬਾਰ ਬਖਸ਼ੀਸ਼, ਕਿਉਂਕਿ ਇੱਥੇ ਦੇਖ ਕੇ ਬੈਠਣਾ ਪੈਂਦਾ। ਇਹ ਵੀ ਹੈ ਜਿਵੇਂ ਆ ਕਣ ਕਣ ਦੇ ਵਿੱਚੋਂ ਸੰਤਾਂ ਦੇ ਨਾਮ ਦੀ ਆਵਾਜ਼ ਆਉਂਦੀ ਹੈ। ਮੈਂ ਤਾਂ ਹੁਣ ਫੇਰ ਸਮਾਂ ਲਿਆ, ਇੱਕ ਤਾਂ ਸਾਰਿਆਂ ਨੇ ਭੋਜਨ ਪਾਣੀ ਛੱਕ ਕੇ ਜਾਣਾ, ਪ੍ਰਸ਼ਾਦ ਲੈ ਕੇ ਜਾਣਾ, ਔਰ ਨਾਲ ਨਾਲ ਸਾਡੇ ਜਥੇਦਾਰ ਅਨੂਪ ਸਿੰਘ ਭਾਗਵ ਮਾਜਰਾ, ਆ ਬੜੇ ਬੜੇ ਜਿਹੜੀ ਲਾਈਟਿੰਗ ਚੱਲ ਰਹੀ ਹੈ, ਇਹ ਤਿੰਨ ਝੂਮਰ ਦਿੱਲੀ ਤੋਂ ਲੈ ਕੇ ਆਇਆ ਸਾਡੇ ਜਥੇਦਾਰ ਅਨੂਪ ਸਿੰਘ। ਕਿਸੇ ਨੇ ਜਕਾਰਾ ਨਹੀਂ ਛੱਡਿਆ, ਕੋਈ ਇੰਨੀ ਸੇਵਾ ਹੋਵੇ, ਇੰਨੀ ਸੇਵਾ ਹੋਵੇ ਇਸੇ ਸੇਵਕ ਦੀ। ਚਲੋ ਭਾਈ ਚੰਗਾ, ਤੁਹਾਨੂੰ ਮੇਚ ਨਹੀਂ ਆਉਣਾ, ਹੁਣ ਮੈਨੂੰ ਤਾਂ ਆ ਗਿਆ। ਹਾਂ, ਬੀਬੀਆਂ ਨੇ ਸਾਥ ਦਿੱਤਾ ਮੇਰਾ, ਮੈਨੂੰ ਉਧਰੋਂ ਸਾਥ ਤਾਂ ਮਿਲ ਗਿਆ। ਤੁਹਾਨੂੰ ਪਤਾ ਕਿਵੇਂ ਦੋ ਰਾਤਾਂ ਜਥੇਦਾਰ ਸਾਹਿਬ ਇੱਥੇ ਨੇ, ਉਧਰੋਂ ਤਾਂ ਪ੍ਰਕਾਸ਼ ਦੀ ਤਿਆਰੀ ਕਰਤੀ, ਉਧਰੋਂ ਝੂਮਰ ਆ ਗਏ ਦਿੱਲੀ ਤੋਂ। ਦੋ ਰਾਤਾਂ ਦੋ ਦਿਨ ਦੇ, ਉਹਨਾਂ ਨੇ 9 ਤਰੀਕ ਤੱਕ ਦਾ ਲਿਆ ਸੀ, ਪਰ 9 ਸਵੇਰੇ ਹੀ ਵਿਹਲਾ ਕਰਤਾ। ਇੰਨੀ ਜਲਦੀ ਦੇ ਵਿੱਚ ਆਓ ਮਹਾਂਪੁਰਖ ਦੇ ਜਪ ਸਥਾਨ, ਤਪ ਸਥਾਨ, ਪੂਜਾ ਸਥਾਨ ਕੀ ਸਿਫਤ ਕਰਾਂ ਉਸ ਧਰਤੀ ਦੀ। ਲਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਉੱਤੋਂ ਮਤ ਸੋਹਣਾ ਲੱਗੇ ਸ਼ਾਈਨਿੰਗ, ਇਹ ਤਿੰਨ ਲੈ ਕੇ ਆਏ। ਪਹਿਲਾਂ ਕਹਿੰਦੇ ਇੱਕ, ਫਿਰ ਦੋ ਤੇ ਆ ਗਏ। ਭਾਈ ਮਨਜੀਤ ਸਿੰਘ ਕਹਿੰਦਾ ਚੱਲ ਜਿਹੜਾ ਤੀਸਰਾ, ਫਿਰ ਉਹ ਕਹਿੰਦੇ ਨਹੀਂ ਹੁਣ ਤਿੰਨੇ ਅਸੀਂ ਲਿਆਵਾਂਗੇ। ਭਾਗਵ ਮਾਜਰਾ ਚੰਡੀਗੜ੍ਹ ਜਥੇਦਾਰ ਅਨੂਪ ਸਿੰਘ ਇਹ ਆਪ ਲੈ ਕੇ ਆਏ ਨੇ। ਮੈਨੂੰ ਹੌਲੀ ਹੌਲੀ ਕਹੀਂ ਜਾਣ, ਕਹਿੰਦੇ ਜੀ ਜਿਹੜੇ ਆਹ ਨੇ ਫਿਰ ਇਹ ਤਾਂ ਛੋਟੇ ਛੋਟੇ ਲੱਗਦੇ ਨੇ ਹੁਣ ਮੂਹਰੇ। ਮੈਂ ਕਿਹਾ ਠੀਕ ਹੈ ਜੀ, ਹੋਰ ਕਿੱਥੇ, ਮੈਂ ਕਿਹਾ ਉੱਥੇ ਪੰਜ ਉੱਥੇ ਲੱਗਣੇ ਨੇ ਸਾਹਮਣੇ, ਮੈਂ ਤਾਂ ਗਣਾ ਹੀ ਜਾਊਂ ਮੇਰਾ ਕਿਹੜਾ ਮੁੱਲ ਲੱਗਦਾ। ਹੌਲੀ ਹੌਲੀ ਮੈਨੂੰ ਪੁੱਛਦੇ ਨੇ, ਫਿਰ ਮੈਂ ਕਿਹਾ ਹਾਂ, ਮੈਂ ਬੇਸ਼ੱਕ ਮੈਨੂੰ ਲਿਖਣਾ ਨਹੀਂ ਆਉਂਦਾ, ਹਾਂ ਅਨਪੜ੍ਹ ਯਾਦ ਕਰਾਏ ਅਤੇ ਹੁਣ ਉੱਧਰੋਂ ਅਰਦਾਸ ਦੇ ਵਿੱਚ ਬੋਲਿਆ ਨਾ ਤਿੰਨ ਝੂਮਰ, ਮੇਰੇ ਫੱਟ ਯਾਦ ਆ ਗਿਆ। ਮੈਂ ਇੱਕ ਲਿਆ, ਸਾਰਿਆਂ ਨੇ ਭੋਜਨ ਪਾਣੀ ਕਿਸੇ ਵੀ ਸੇਵਕ ਤੋਂ ਔਰ ਸੇਵਾਦਾਰ ਤੋਂ ਕੋਈ ਬੋਲਿਆ ਗਿਆ ਹੋਵੇ, ਮੈਂ ਉਹ ਵੀ ਮਾਫ਼ੀ ਮੰਗਦਾ, ਖਿਮਾ ਮੰਗਦਾ। ਹੁਣ ਉੱਧਰੋਂ ਅਸੀਂ ਨਾਲ ਦੀ ਨਾਲ, ਭਗਵਾਨ ਵੀ ਉੱਤੇ ਚੜ੍ਹਿਆ ਖੜ੍ਹਿਆ ਖੜ੍ਹਾ, ਰੱਬ ਵੀ ਦਿਆਲ ਹੋਇਆ ਵੈ, ਉਹਦੀ ਵੀ ਸੇਵਾ ਆਪਾਂ ਸ਼ੁਰੂ ਕਰ ਲੈਣੀ ਹੈ। ਦੋਏ ਬੈਠੇ ਨੇ, ਮੈਂ ਪਹਿਲਾਂ ਦੋਹਾਂ ਦਾ ਨਾਂ ਬੋਲਿਆ, ਸਰਪੰਚ ਸਾਹਿਬ ਵੀ ਸਾਡੇ ਆ ਗਏ। ਹੁਣ ਬਾਕੀਆਂ ਦਾ ਮੈਂ, ਇੱਕ ਤਾਂ ਜਥੇਦਾਰ ਅਨੂਪ ਸਿੰਘ, ਪੰਜੇ ਜਾਣੇ ਖੜ੍ਹੇ ਹੋ ਜਾਓ, ਇੱਕ ਠੇਕੇਦਾਰ ਸਾਹਿਬ, ਇੱਕ ਸਰਪੰਚ ਸਾਹਿਬ ਨੂੰ, ਇੱਕ ਦੁੱਧਾਂ ਵਾਲੇ ਮੋਹਰਾਂ ਵਾਲੀ ਆ ਇੱਧਰੋਂ ਫਰੋਣੋ ਵਾਲੇ, ਇੱਕ ਮਾਸਟੂਆਣਾ ਸਾਹਿਬ ਉਧਰੋਂ ਸੰਤੇ ਖੜ੍ਹੇ ਕਰ ਲਾਂਗੇ। ਬਾਕੀ ਮੈਂ ਵੀ ਤੁਹਾਡੇ ਵਰਗਾ ਹੀ ਹੈ ਬੈਠੇ ਹਾਂ, ਆਪਾਂ ਇਹਨਾਂ ਨੂੰ ਪੂਰੀਆਂ ਦੇਣੀਆਂ ਨੇ। ਥਾਣੇਦਾਰ ਸਾਡੇ ਆਏ ਨੇ, ਲਿਆਓ ਕੱਢ ਕੇ, ਪੰਜ ਜਾਣੇ ਖੜ੍ਹੇ ਹੋਵੋ।